ਜੀ ਜਿੰਮੀ ਵੱਲੋਂ ਨਮਸਕਾਰ, ਤੁਸੀਂ ਦੇਖ ਰਹੇ ਹੋ ਜਸ ਟੀਵੀ। ਅੱਜ ਆਪਾਂ ਗੱਲ ਕਰਾਂਗੇ, ਸਾਡੇ ਨਾਲ ਜਿਹੜੇ ਜੁੜਨਗੇ ਉਹਨਾਂ ਦੀ ਟਰੱਕਿੰਗ ਕੰਪਨੀ ਆਪਦੀ ਹੈ, ਜਿਹੜੇ IDTA ਯਾਨੀ ਇੰਡੀਆਨਾ ਡਾਇਸ ਟਰੱਕਿੰਗ ਐਸੋਸੀਏਸ਼ਨ ਬਣਾਈ ਆ, ਜਿਹਨਾਂ ਨੇ FMCA ਦੇ ਵਿੱਚ ਵੀ ਜੁਆਇਨ ਕੀਤਾ ਹੈਗਾ, ਅਤੇ ਉਹ ਸਾਡੇ ਨਾਲ ਜੁੜਨਗੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਫੀ ਇਸ ਡੂੰਘੇ ਵਿਸ਼ੇ 'ਤੇ ਕਿ ਉਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਨੇ ਡਰਾਈਵਰੀ ਤੋਂ ਸ਼ੁਰੂ ਕਰਕੇ ਇੱਥੇ ਤੱਕ ਪਹੁੰਚੇ ਨੇ। ਆਪਾਂ ਇਸੇ ਕਰਕੇ ਉਹਨੂੰ ਲੈ ਕੇ ਆਏ ਕਿ ਆਪਣੇ ਇੰਡੀਆ ਦੇ ਵਿੱਚ ਕਾਫੀ ਟਰੱਕ ਵੀਰ ਨੇ ਜਿਹੜੇ ਟਰੱਕ ਚਲਾਉਂਦੇ ਨੇ, ਜਿਹਨਾਂ ਕੋਲ ਇਨਫੋਰਮੇਸ਼ਨ ਘੱਟ ਆ। ਜੇ ਤੁਸੀਂ ਇਸ ਸ਼ੋਅ 'ਤੇ ਕੋਈ ਟਰੱਕਿੰਗ ਬਾਰੇ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਸਾਨੂੰ ਕਾਲ ਕਰ ਸਕਦੇ ਹੋ, ਲਾਈਵ ਸ਼ੋਅ ਹੁੰਦਾ, ਜਾਂ ਮੈਨੂੰ ਈਮੇਲ ਵੀ ਕਰ ਸਕਦੇ ਹੋ broad@justbroadcasting.com, ਜਾਂ ਤੁਸੀਂ info@broadcasting.com ਉੱਤੇ ਵੀ ਈਮੇਲ ਭੇਜ ਸਕਦੇ ਹੋ। ਲੇਕਿਨ ਜੇ ਲਾਈਵ ਕਰਨਾ ਗੱਲ ਕਰਨਾ ਚਾਹੁੰਦੇ ਹੋ, ਜਾਂ ਸ਼ੋਅ ਦੇ ਵਿੱਚ ਕੋਈ ਤੁਸੀਂ ਆਪਣੀ ਭਾਗੇਦਾਰੀ ਜਾਂ ਕੋਈ ਸਾਡੀ ਗਲਤੀ ਵੀ ਕੱਢਣਾ ਚਾਹੁੰਦੇ ਹੋ, ਤੁਸੀਂ ਹੱਸ ਕੇ ਸਾਨੂੰ ਫੋਨ ਕਰ ਸਕਦੇ ਹੋ ਕਿ ਭਾਈ ਤੁਸੀਂ ਆਹ ਗਲਤ ਗੱਲ ਕਹਿ ਰਹੇ ਹੋ ਜਾਂ ਆਹ ਗੱਲ ਤੁਹਾਨੂੰ ਕਰਨੀ ਚਾਹੀਦੀ ਆ। ਜੇ ਵੀ ਤੁਸੀਂ ਕੋਈ ਵੀ ਆਪਣੀ ਸਲਾਹ ਦੇਣ, ਸਲਾਹ ਮਸ਼ਵਰਾ ਦੇਣਾ, ਤਾਂ ਸਾਨੂੰ ਹੇਠ ਸਕਰੀਨ 'ਤੇ ਲਿਖੇ ਨੰਬਰਾਂ 'ਤੇ ਜ਼ਰੂਰ ਫੋਨ ਕਰ ਸਕਦੇ ਹੋ, ਲਾਈਵ ਜੁੜ ਸਕਦੇ ਹੋ, ਅਤੇ ਆਪਾਂ ਉਹ ਸਵਾਗਤ ਕਰਦੇ ਹਾਂ ਆਪਣੇ ਹਾਂ ਸਾਹਿਬ ਦਾ, ਜਿਹਨਾਂ ਨੇ ਮਹੰਤ ਕੰਪਨੀ ਟਰੱਕਿੰਗ ਕੰਪਨੀ ਹੈ। ਮਹੰਤ ਸਾਹਿਬ, ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜਸ ਟੀਵੀ 'ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਜਸ ਪੰਜਾਬੀ ਟੀਵੀ ਦਾ, ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ। ਜਿਵੇਂ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਇਨਵਾਈਟ ਕੀਤਾ, ਜੀ ਕਰੋ ਤੁਹਾਡੇ ਨਾਲ ਜੁੜੇ ਹੋਏ ਹਾਂ ਕਿ ਕੋਈ ਵੀ ਕੁਸ਼ਚਨ ਹੈ ਕੰਸਰਨ ਟੂ DOT, ਜਿੰਨਾ ਵੀ ਮੈਨੂੰ ਨੌਲੇਜ ਹੈ ਮੈਂ ਤੁਹਾਡੀ ਹੈਲਪ ਕਰੂੰਗਾ ਉਹਦੇ ਵਾਸਤੇ। ਅਗੇਨ ਥੈਂਕ ਯੂ ਜਸ ਜੀ। ਪੰਜਾਬੀ। ਮਾਨ ਸਾਹਿਬ, ਪਹਿਲਾਂ ਮੈਂ ਤੁਹਾਨੂੰ ਇਹ ਕੁਐਸਚਨ ਕਰੂੰਗਾ, ਮੈਨੂੰ ਪਤਾ ਕਿ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਗਿਆ ਸੀ ਇੰਡੀਆ, ਅਤੇ ਤੁਸੀਂ ਗਏ ਉੱਥੇ ਕਾਫੀ ਟਾਈਮ ਲੱਗਾ। ਜਿਹੜਾ ਆਪਾਂ ਤੁਸੀਂ ਵੈਸੇ ਤਾਂ ਕਾਰੋਬਾਰ ਦੇ ਵਿੱਚ ਇੱਥੇ ਪ੍ਰੋਫੈਸ਼ਨਲੀ ਬਹੁਤ ਖੜੇ ਹੋਏ ਹੋ ਕਾਫੀ ਸਾਲਾਂ ਤੋਂ, ਟਰੱਕਿੰਗ ਕੰਪਨੀ ਵੀ ਕਰ ਰਹੇ ਹਾਂ, ਅਤੇ ਜਿਹੜਾ ਇੰਡੀਆ ਤੁਸੀਂ ਜਾ ਕੇ ਕੋਈ ਸਿਸਟਮ ਦੇਖਿਆ ਹੋਣਾ ਜਾਂ ਉੱਥੇ ਜਿਹੜੇ ਰੈਲੀਆਂ ਚੱਲ ਰਹੀਆਂ, ਅਤੇ ਉਹਦੇ ਬਾਰੇ ਦੱਸੋ, ਇੱਕ ਦੋ ਗੱਲ ਦੱਸੋ ਵੀ ਕੱਲ੍ਹ ਆਪਾਂ ਤਾਂ ਕੋਸ਼ਿਸ਼ ਕੀਤੀ ਦੱਸਣੀ ਕਿ ਤੁਹਾਡਾ ਬੈਕਗਰਾਉਂਡ ਪਿੰਡ ਪਿੱਛੇ ਕਿੱਥੇ ਆ, ਕਿਹੜੀ ਸਟੇਟ ਆ ਇੰਡੀਆ ਦੇ ਵਿੱਚ, ਦੋੜਾ ਦਰਸ਼ਕਾਂ ਨੂੰ ਜਿਹੜਾ ਜ਼ਰੂਰ ਦੱਸੋ। ਹਾਂਜੀ, ਓਰਿਜਿਨਲੀ ਮੈਂ ਹਰਿਆਣੇ ਤੋਂ ਬਿਲੋਂਗ ਕਰਦਾ ਹੈਗਾ। ਸਾਡਾ ਡਿਸਟ੍ਰਿਕਟ ਸਿਰਸਾ ਪੈਂਦਾ ਹੈਗਾ, ਅਤੇ ਛੋਟਾ ਜਿਹਾ ਪਿੰਡ ਹੈ ਨਾਲ ਡਿਸਟ੍ਰਿਕਟ ਸਿਰਸਾ ਦੇ ਵਿੱਚ ਹੈਗਾ, ਰੋੜੀ ਨਾਮ ਦਾ ਪਿੰਡ ਹੈ ਸਾਡਾ। ਇਹ ਹਰਿਆਣੇ ਅਤੇ ਪੰਜਾਬ ਦੇ ਬਾਰਡਰ 'ਤੇ ਜੁੜਿਆ ਹੋਇਆ ਹੈਗਾ। ਠੀਕ ਹੈ ਜੀ, ਮੈਨੂੰ ਆਲਮੋਸਟ ਆਏ ਨੂੰ 18 ਸਾਲ ਹੋ ਗਏ ਜੀ ਉਰੇ। ਠੀਕ ਹੈ, ਅਤੇ ਟਰੈਕਿੰਗ 'ਚ ਆਏ ਨੂੰ 10 ਸਾਲ ਹੋ ਗਏ। ਤੁਸੀਂ ਪੁੱਛਿਆ ਵੀ ਆਪਣਾ ਫਾਰਮਰਸ ਦੇ ਬਾਰੇ ਤੁਹਾਡਾ ਕੰਸਰਨ ਹੈਗਾ ਵੀ ਉੱਥੇ ਕਿਵੇਂ ਹੈਗਾ। ਉੱਥੇ ਜੀ ਲੋਕ ਬਹੁਤ ਅਕੋਮੋਡੇਟ ਕਰ ਰਹੇ ਫਾਰਮਰਸ ਨੂੰ, ਉਹਨਾਂ ਦੇ ਜਿੰਨਾ ਵੀ ਹੁਣ ਐਜੀਟੇਸ਼ਨ ਚੱਲ ਰਿਹਾ ਹੈਗਾ, ਲੋਕ ਉਹਦੇ ਨਾਲ ਜੁੜੇ ਹੋਏ ਆ। ਲੋਕਲ ਵੀ ਲੋਕ ਜੁੜੇ ਹੋਏ ਆ, ਦਿੱਲੀ ਦੇ ਲੋਕ ਵੀ ਜੁੜੇ ਹੋਏ, ਉਹਨਾਂ ਦੀ ਸਪੋਰਟ ਕਰਦੇ ਆ। ਲੋਕਾਂ ਨੂੰ ਪਤਾ ਹੈਗਾ ਵੀ ਫਾਰਮਰਸ ਤੋਂ ਬਗੈਰ ਜੀ ਦੇਸ਼ ਦੇ ਵਿੱਚ ਕੁਛ ਨਹੀਂ ਹੋ ਸਕਦਾ, ਜੀ ਰਾਈਟ? ਉਹ ਰੀੜ ਦੀ ਹੱਡੀ ਹੈਗੀ। ਆਪਣੇ ਨਿਊਜ਼ ਚੈਨਲ ਕਈ ਹੈਗੇ ਜੋ ਦਿਖਾਉਂਦੇ ਹੈਗੇ, ਜਿਹਨਾਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਬਹੁਤ ਫੇਕ ਨਿਊਜ਼ ਵੀ ਬਣਾ ਰਹੇ ਹੈਗੇ ਵੀ ਉੱਥੇ ਜਿਹੜੇ ਬੈਠੇ ਆ ਪਾਕਿਸਤਾਨੀ ਬੈਠੇ ਹੈਗੇ ਉੱਥੇ, ਜਾਂ ਪੋਲੀਟੀਕਲ ਪਾਰਟੀਜ਼ ਵਾਲੇ ਬੈਠੇ ਹੈਗੇ, ਉਹ ਇਹ ਬਣਾ ਰਹੇ ਹੈਗੇ ਪਿੱਛੋਂ ਜੋ ਕੁਛ ਵੀ ਚੱਲ ਰਿਹਾ ਹੈਗਾ। ਲੇਕਿਨ ਇਹ ਨਹੀਂ ਹੈ, ਲੋਕ ਜਿੰਨੇ ਫਾਰਮਰਸ ਉੱਥੇ ਹੈਗੇ ਹੈਗੇ, ਤੇ ਫਾਰਮਰਸ ਹੀ ਨਹੀਂ, ਕਈ ਇੰਡਸਟਰੀਅਲਿਸਟ ਵੀ ਹੈਗੇ ਹੈਗੇ, ਆਮ ਬਿਜ਼ਨਸ ਵਾਲੇ ਦੁਕਾਨਾਂ ਵਾਲੇ ਵੀ ਹੈਗੇ ਆ, ਉਹ ਲੋਕ ਉੱਥੇ ਬੈਠੇ ਹੈ, ਉੱਥੇ ਆਪਦੀ ਹਾਜ਼ਰੀ ਲਾਉਂਦੇ ਹੈ, ਉਹ ਸਪੋਰਟ ਕਰ ਰਹੇ ਹੈ ਕਿ ਜੋ ਇਹ ਕਰ ਰਹੇ ਹੈਗਾ ਇਹ ਸਹੀ ਨਹੀਂ ਹੈ, ਇਹਨੂੰ ਅਮੈਂਡ ਕੀਤਾ ਜਾਵੇ। ਇਨਫੈਕਟ ਉਹ ਕਹਿੰਦੇ ਅਮੈਂਡ ਨਾ ਕਰੋ, ਇਹਨੂੰ ਕੈਂਸਲ ਕਰੋ, ਰਾਈਟ? ਤੇ ਫਾਰਮਰਸ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ। ਜੀ ਤਾਂ ਲੋਕ ਹੈਗੇ ਆ, ਨਾਲ ਹੈਗੇ ਆ ਜੀ ਉਹਦੇ ਵਿੱਚ ਵਿੱਚ। ਹੁਣ ਤੁਹਾਨੂੰ ਪਤਾ ਹੈ ਕੋਈ ਵੀ ਕੰਮ ਜੋ ਸਹੀ ਉਹਦੇ ਸ਼ੈਤਾਨ ਲੋਕ ਤਾਂ ਆ ਹੀ ਜਾਂਦੇ, ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਬਟ ਇਹ ਜੀ ਕੋਈ ਗੱਲ ਨਹੀਂ ਹੈਗੀ, ਬਹੁਤ ਅੱਛੇ ਨੇਕ ਇਨਸਾਨ ਉੱਥੇ ਬੈਠੇ ਹੈਗੇ ਜੀ ਤੇ ਲੱਗੇ ਹੋਏ ਆ ਵਿਚਾਰੇ, ਸ਼ਾਂਤੀ ਨਾਲ ਉਹ ਆਪਦਾ ਐਜੀਟੇਸ਼ਨ ਕਰ ਰਹੇ ਜੀ। ਜੀ ਜਿੱਥੇ ਤੱਕ ਮੈਨੂੰ ਲੱਗਾ, ਜਿੰਨੀਆਂ ਕੁ ਮੈਂ ਰਿਪੋਰਟਾਂ ਸੁਣੀਆਂ ਜਾਂ ਸੋਸ਼ਲ ਮੀਡੀਆ 'ਤੇ ਜਾਂ ਨਿਊਜ਼ ਸੁਣਿਆ, ਕਿ ਉਹ ਹਾਲਾਤ ਹੋ ਰਹੇ ਆ ਕਿ ਕੋਈ ਬੰਦਾ ਬਿਮਾਰ ਨਹੀਂ ਹੈ, ਲੇਕਿਨ ਉਹਨੂੰ ਬੁਖਾਰ ਦੀ ਗੋਲੀ ਦਿੱਤੀ ਜਾ ਰਹੀ ਹੈ, ਕਿ ਫਾਰਮਰਾਂ ਨੂੰ ਬਿੱਲ ਚਾਹੀਦੇ ਨਹੀਂ ਲੇਕਿਨ ਅਸੀਂ ਦੇਣੇ ਆ। ਅਸੀਂ ਤੁਹਾਨੂੰ ਇਹ ਹਾਲਾਤ ਹੋ ਗਏ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਾਂ ਜੀ, ਤੁਹਾਨੂੰ ਟਰੱਕ ਚਾਹੀਦਾ ਨਹੀਂ ਲੇਕਿਨ ਮੈਂ ਤੁਹਾਨੂੰ ਦੇਣਾ ਜ਼ਰੂਰ ਆ, ਤੁਹਾਨੂੰ ਲੋਡ ਟਰੱਕ ਦੀ ਆ, ਮੈਂ ਤੁਹਾਨੂੰ ਗੱਡੀ ਜ਼ਰੂਰ ਦੇਣੀ ਆ। ਹਾਂਜੀ, ਇਹ ਹਾਲਾਤ ਗੌਰਮੈਂਟ ਪੈਦਾ ਕਰ ਰਹੀ ਹੈ, ਬਹੁਤ ਗਲਤ ਆ। ਜਿਹੜੇ ਜੇ ਪਬਲਿਕ ਨਹੀਂ ਚਾਹੁੰਦੀ, ਨਹੀਂ ਮੰਗਦੀ, ਤਾਂ ਤੁਸੀਂ ਕਿਉਂ ਉਹਨਾਂ ਨੂੰ ਦੇ ਰਹੇ ਹੋ? ਕੋਈ ਜ਼ਰੂਰਤ ਨਹੀਂ ਹੈ ਦੇਣ ਦੀ। ਮੈਂ ਫਿਰ ਆਪਾਂ ਵਾਪਸ ਆਉਂਦੇ ਆਪਣੇ ਵਾਲੇ ਟੌਪਿਕ ਦੇ, ਕਿ ਕਿਉਂਕਿ ਇਹ ਟੌਪਿਕ ਬਹੁਤ ਲੰਬਾ ਹੋ ਜਾਂਦਾ ਜੇ ਆਪਾਂ ਚੱਲ ਵੀ ਆਪਾਂ ਫਿਰ ਵਾਪਸ ਆਪਣੇ ਵਾਲੀ ਜਗ੍ਹਾ 'ਤੇ ਆਉਂਦੇ, ਕਿ ਇਸ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ, ਤੂੰ ਇੰਡੀਆ ਵੀ ਜਾ ਕੇ ਦੇਖ ਕੇ ਆਏ ਆ, ਕਿ ਜਿਹੜਾ ਲੋਅ ਐਂਡ ਆਰਡਰ ਆ, ਜੇ ਆਪਾਂ ਉਹਨੂੰ ਇੱਥੇ ਵੀ ਪ੍ਰੋਟੈਸਟ ਕਰਦੇ ਹਾਂ ਸ਼ਾਂਤੀ ਦੇ ਨਾਲ, ਇੱਥੇ ਵੀ ਹੋ ਜਾਂਦੇ ਆ, ਜੇ ਕਾਨੂੰਨ ਗਲਤ ਆ, ਕੀ ਇੱਥੇ ਗੌਰਮੈਂਟ ਠੀਕ ਕਰਦੀ, ਇੰਡੀਆ ਗੌਰਮੈਂਟ ਕਿਉਂ ਨਹੀਂ ਠੀਕ ਕਰਨਾ ਚਾਹੁੰਦੀ? ਦੇਖੋ ਜੀ, ਇਹਦੇ ਪਿੱਛੇ ਕਈ ਚੀਜ਼ਾਂ ਹੈ। ਇੱਕ ਤਾਂ ਹੈਗਾ ਜਿਹੜਾ ਜੀ ਉੱਥੇ ਦੇ ਮਿਨਿਸਟਰਸ ਹੈਗੇ ਆ, ਬੇਸ਼ੱਕ MLAs ਹੈ, MPs ਹੈ, ਜਾਂ ਹੋਰ ਕਿਸੇ ਚੰਗੇ ਲੈਵਲ 'ਤੇ ਹੈਗੇ ਆ, ਉਹਨਾਂ ਦੇ ਵਿੱਚ ਆਈ ਵੁੱਡ ਸੇ ਮੋਰ ਦੈਨ 70% ਜਿਹੜੇ ਐਜੂਕੇਟਡ ਨਹੀਂ ਹੈ। ਜੀ ਠੀਕ ਹੈ,
ਜੇ ਉਹਨਾਂ ਨੂੰ ਕਿਸੇ ਟੋਪਿਕ ਤੇ ਬੋਲਣ ਵਾਸਤੇ ਵੀ ਕਹੇ ਤੇ ਉਹ ਨਹੀਂ ਬੋਲ ਸਕਦੇ, ਨਹੀਂ ਬੋਲ ਸਕਦਾ ਠੀਕ ਹੈ ਜੀ, ਜੀ ਸਹੀ ਤਰੀਕੇ ਨਾਲ ਪੜ੍ਹ ਨਹੀਂ ਸਕਦੇ ਜੀ ਉਹ। ਜੀ ਤੇ ਤਾਂ ਮੈਂ ਕੁਝ ਅਜੇ ਐਮ ਪੀਜ਼ ਨੂੰ ਜਾਣਦਾ ਜਿਹੜਾ ਕਿ ਬਾਹਰਲੇ ਦੇਸ਼ ਜਾਣ ਤੋਂ ਵੀ ਹਿਚਕਚਾਉਂਦੇ ਹੈ ਕਿਉਂਕਿ ਉਹਨਾਂ 'ਚ ਕਮਿਊਨੀਕੇਸ਼ਨ ਸਕਿੱਲਸ ਨਹੀਂ ਹੈਗੀ ਹੈ, ਨਹੀਂ ਸਰ ਐਜੂਕੇਸ਼ਨ ਨਹੀਂ ਹੈਗੀ। ਠੀਕ ਹੈ ਸੋ ਜੀ ਇਹਦੀ ਵਜ੍ਹਾ ਨਾਲ ਉਹ ਦੇਸ਼ ਬਹੁਤ ਪਿੱਛੇ ਰਹਿ ਰਿਹਾ ਹੈ। ਥੋੜ੍ਹਾ ਨਵੀਂ ਜਨਰੇਸ਼ਨ ਆਊਗੀ, ਐਜੂਕੇਟਡ ਲੋਕ ਆਉਣਗੇ ਤਾਂ ਅਮੈਂਡਮੈਂਟਸ ਹੋਣਗੇ ਆ। ਜੀ ਬਹੁਤ ਲੋਕ ਹੈ ਸੈਲਫਿਸ਼ ਹੈਗੇ ਜੀ ਜਿਹੜੇ ਸਪੈਸ਼ਲੀ ਪੋਲੀਟੀਕਲ ਉਸ ਅੱਛੇ ਲੈਵਲ ਤੇ ਹੈਗੇ ਆ, ਉਹਨਾਂ ਨੇ ਇਹ ਵੀ ਆਪਦੀ ਜੇਬਾਂ ਕਿਵੇਂ ਭਰਨੀ ਹੈ। ਜੀ ਬੇਸਿਕਲੀ ਜੋ ਚੀਜ਼ਾਂ ਮੈਂ 18 ਸਾਲ ਪਹਿਲਾਂ ਛੱਡ ਕੇ ਆਇਆ ਸੀਗਾ, ਜੀ ਮੋਸਟ ਆਫ ਜਿਹੜੀਆਂ ਚੀਜ਼ਾਂ ਹਜੇ ਵੀ ਉੱਥੇ ਉਵੇਂ ਹੀ ਚੱਲ ਰਹੀਆਂ। ਬੇਸ਼ੱਕ ਸਟਰਕਚਰ ਵੀ ਬਣ ਗਏ, ਐਡਮਿਨਿਸਟ੍ਰੇਟਿਵ ਸਟਰਕਚਰ ਬਣ ਗਏ ਵੀ ਤੁਸੀਂ ਲਾਈਨਾਂ 'ਚ ਲਾ ਕੇ ਕੰਮ ਕਰਾਓ, ਉਹਨਾਂ ਦੇ ਵਿੱਚ ਵੀ ਹੇਰਾ ਫੇਰੀ ਹੁੰਦੀ, ਉਹਨਾਂ ਦੇ ਵਿੱਚ ਵੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈਗਾ। ਉਹ ਗੱਲ ਉੱਥੇ ਖੜੀ ਹੈ ਜੀ। ਗੱਲ ਉੱਥੇ ਖੜੀ ਹੈਗੀ, ਤੇ ਕੁਝ ਲੋਕ ਵੀ ਹੈਗੇ ਆ ਜਿਹੜੇ ਕਿ ਜਾਗਰੂਕ ਨਹੀਂ ਹੋ ਰਹੇ। ਚੱਲ ਰਿਹਾ, ਬੈਟਰ ਹੋਇਆ ਪਹਿਲਾਂ ਨਾਲ, ਇਹ ਨਹੀਂ ਕਹਿੰਦਾ ਬੈਟਰ ਨਹੀਂ ਹੋਇਆ, ਲੇਕਿਨ ਲੋਕਾਂ ਨੂੰ ਥੋੜ੍ਹਾ ਹੋਰ ਜਾਗਰੂਕ ਹੋਣਾ ਚਾਹੀਦਾ। ਜਿਵੇਂ ਹੁਣ ਆਹ ਫਾਰਮਰਸ ਵਾਲਾ ਚੱਲ ਰਿਹਾ ਨਹੀਂ, ਜਿਵੇਂ ਲੋਕ ਜਾਗਰੂਕ ਹੋਏ ਆ ਇਹਦੇ ਤੇ, ਜੇ ਐਂ ਸਾਰੇ ਲੋਕ ਜਾਗਰੂਕ ਹੋ ਜਾਣ ਆਪਦੇ ਦੇਸ਼ ਦੇ ਡਿਸਿਪਲਿਨ ਵਾਸਤੇ, ਇੱਕ ਸਟਰਕਚਰ ਵਾਸਤੇ, ਤਾਂ ਵਿਦਇਨ ਆਈ ਵੁੱਡ ਸੇ ਅਗਲੇ 5 ਤੋਂ 10 ਸਾਲਾਂ ਵਿੱਚ ਇਹ ਦੇਸ਼ ਬਹੁਤ ਅੱਗੇ ਨਿਕਲ ਸਕਦਾ, ਇੰਡੀਆ ਬਹੁਤ ਅੱਗੇ ਨਿਕਲ ਸਕਦਾ, ਜੀ ਪਰ ਇਹ ਕਿ ਸਾਰਿਆਂ ਨੂੰ ਇਕੱਠੇ ਮਿਲ ਜੁਲ ਕੇ ਹੋ ਕੇ ਅੱਗੇ ਚਲਾਉਣਾ ਪਊਗਾ। ਜੀ ਦੇਖੋ ਕੁਐਸਚਨ ਮਹਾਨ ਸਾਹਿਬ ਇਹ ਆ ਕਿ ਜੇ ਅਸੀਂ ਖੁਦ ਐਜੂਕੇਟ ਹੋਵਾਂਗੇ ਜਾਂ ਸਾਡੇ ਕੋਲ ਨੌਲੇਜ ਹੋਊਗੀ ਤਾਂ ਹੀ ਮੈਂ ਤੁਹਾਨੂੰ ਦੇ ਸਕਦਾ। ਹੁਣ ਉੱਥੇ ਜੋ ਉਹਨਾਂ ਦੇ ਕੋਲ ਆ ਹੇਰਾ ਫੇਰੀ ਦੇ ਨਾਲ ਕਿ ਕਾਨੂੰਨ ਚਾਹੀਦੇ ਨਹੀਂ ਦੇਣੇ ਆ, ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਬੁਖਾਰ, ਜ਼ਬਰਦਸਤੀ ਹੈ ਹਾਂ ਬੁਖਾਰ ਤੁਹਾਨੂੰ ਹੈ ਨਹੀਂ ਲੇਕਿਨ ਦੇਣੀ ਬੁਖਾਰ ਦੀ ਦਵਾਈ ਜ਼ਰੂਰ ਦੇਣੀ ਆ, ਜੀ ਉਹ ਗੱਲ ਹੋਈ ਪਈ ਆ। ਇਹ ਜਿਹੜਾ ਸਿਚੁਏਸ਼ਨ ਸਾਰੀ ਉਦੋਂ ਤੱਕ ਮੈਨੂੰ ਲੱਗਦਾ ਨਹੀਂ ਜਾਣੀ ਜਦੋਂ ਤੱਕ ਅਸੀਂ ਸਾਡੇ ਬੱਚੇ ਪੜ੍ਹ ਜਾਂਦੇ ਨਹੀਂ ਪੜ੍ਹਨ ਦਿੰਦੇ ਜਾਂ ਅਸੀਂ ਸਾਡੀ ਆਪਦੀ ਜਿਹੜੀ ਅਨਪੜ੍ਹਤਾ ਅਤੇ ਈਗੋ ਆ ਅਸੀਂ ਨਹੀਂ ਛੱਡਣਾ ਚਾਹੁੰਦੇ ਕਿ ਸਾਡੇ ਮਨ ਦੇ ਵਿੱਚ ਇਹ ਡਰ ਆ ਕਿ ਸਾਡੇ ਬੱਚੇ ਪੜ੍ਹ ਗਏ ਸਾਡੇ ਤੋਂ ਨਿਕਲ ਨਾ ਜਾਣ, ਹੱਥੋਂ ਨਾ ਨਿਕਲ ਜਾਣ। ਜੀ ਇਹ ਡਰ ਜਿਹੜਾ ਇੰਡੀਆ ਦੇ ਵਿੱਚ ਮੈਨੂੰ ਬਹੁਤ ਲੱਗਿਆ ਕਿ ਉੱਥੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਈਗੋ ਫਸੀ ਹੋਈ ਆ ਕਿ ਮੈਂ ਸਰਪੰਚ ਆ ਚਾਹੇ ਮੈਨੂੰ ਲਿਖਣਾ ਨਹੀਂ ਆਉਂਦਾ ਸਰਪੰਚ ਮੈਂ ਹੀ ਬਣਨਾ, ਜੀ ਹਾਂ, ਅਤੇ ਦੂਸਰਾ MLA ਆ ਉਹਨੂੰ ਪੁੱਛ ਲਓ ਕਿ ਕੀ ਕਰਨਾ, ਉਹਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਲੇਕਿਨ ਜਿਹੜਾ ਐਜੂਕੇਟਡ ਮਿਨਿਸਟਰ ਆ ਉਹ ਉਹਨੇ ਬਣਨਾ। ਹਾਂਜੀ, ਇਹ ਬੜੀਆਂ ਮੰਦਭਾਗੀਆਂ ਗੱਲਾਂ ਜੇ ਇੱਥੇ ਕਹੀਏ ਕਿ ਹੁਣ ਮੈਨੂੰ ਪਤਾ ਲੇਟੈਸਟ ਤੁਹਾਨੂੰ FMCA ਨੇ ਸਿਲੈਕਟ ਕੀਤਾ ਹੈਗਾ ਐਸ ਮੈਂਬਰ, ਜੀ ਉਹਨਾਂ ਨੇ ਤੁਹਾਡੀ ਕਾਫੀ ਕੁਆਲੀਫਿਕੇਸ਼ਨ ਦੇਖੀ ਹੋਊਗੀ। ਉਹਨਾਂ ਨੇ ਕੁਆਲੀਫਿਕੇਸ਼ਨ ਦੇਖੀ ਹੈ, ਬੈਕਗ੍ਰਾਉਂਡ ਚੈੱਕ ਕੀਤਾ ਹੈਗਾ, ਸੋਸ਼ਲ ਵਰਕਸ ਮੈਂ ਕੀ ਕੀਤੇ, ਅਚੀਵਮੈਂਟਸ ਕੀ ਓਵਰ ਦਾ ਟਾਈਮ, ਜੀ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰਿਕਮੈਂਡੇਸ਼ਨਸ ਲੈਟਰ ਲੱਗਿਆ, ਆਲਮੋਸਟ 120 ਰਿਕਮੈਂਡੇਸ਼ਨਸ ਲੈਟਰ ਜਿਹੜੇ ਮੇਰੇ ਲੱਗੇ ਸੀਗੇ ਵਿਦ ਇਨ 2 ਜਾਂ 3 ਦਿਨ, ਕਿਉਂਕਿ ਲਾਸਟ ਮਿਨਟ ਤੇ ਆ ਕੇ ਮੈਨੂੰ ਪਤਾ ਲੱਗਿਆ ਸੀ ਵੀ ਆ ਜੀ ਕੋਈ ਅਪਾਇੰਟਮੈਂਟ ਹੁੰਦੀ ਹੈ, ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਟ ਜਿਹੜੀ ਕਮੇਟੀ ਹੈਗੀ ਹੈ ਜੀ, ਰਾਈਟ, ਤੇ ਕਿਉਂਕਿ ਇਹ ਬੇਸਿਕਲੀ ਪਬਲਿਕ ਦੇ ਵਿੱਚ ਨਹੀਂ ਇੰਨੀ ਅਨਾਊਂਸ ਹੋਈ, ਐਕਸੈਪਟ ਦੈਨ ਕਿ FMCSA ਦੇ ਬੋਰਡ ਦੇ ਉੱਤੇ ਹੀ ਆਉਂਦੀ ਹੈ ਠੀਕ ਹੈ। ਐਡਵਾਈਜ਼ਰੀ ਕਮੇਟੀ ਜਿਹੜੀ ਹੈਗੀ। ਦੇਖੋ ਜੀ ਐਜੂਕੇਸ਼ਨ ਆ, ਜੇ ਐਜੂਕੇਸ਼ਨ ਹਾਂਜੀ ਹੋਊਗੀ ਤਾਂ ਹੀ ਤੁਹਾਨੂੰ ਆਪਾਂ ਜਿਹੜਾ ਸਮਾਂ ਆ ਉਹ ਬੜੀ ਜਲਦੀ ਹੁੰਦਾ, ਦੇਖੋ 12-13 ਮਿੰਟ ਕਦੋਂ ਲੰਘ ਗਿਆ ਪਤਾ ਨਹੀਂ ਲੱਗਾ। ਇਹ ਆਪਾਂ ਥੋੜ੍ਹੀ ਬ੍ਰੇਕ ਲੈ ਕੇ ਗੱਲ ਕਰਾਂਗੇ, ਗੱਲ ਇੱਥੇ ਖੜ ਜਾਂਦੀ ਆ ਕੇ ਕਿ ਮੇਰੇ ਕੋਲ ਕੀ ਹੈ, ਮੈਂ ਵੰਡੂੰਗਾ ਕੀ, ਜੇ ਮੇਰੇ ਕੋਲ ਕੁਛ ਨਹੀਂ ਹੈ ਤਾਂ ਮੈਂ ਵੰਡਣਾ ਕੀ ਆ, ਵੰਡੂੰਗਾ ਵੀ ਉਹੀ ਜੇ ਮੇਰੇ ਕੋਲ ਹੋਊਗਾ। ਅਸੀਂ ਕੀ ਕੀਤਾ, ਮੈਂ ਸਪੈਸ਼ਲੀ ਸਿੱਖ, ਮੈਂ ਵੀ ਸਿੱਖੀ ਨੂੰ ਬਿਲੋਂਗ ਕਰਦਾ, ਸਿੱਖ ਕਮਿਊਨਿਟੀ ਨੂੰ, ਅਸੀਂ ਲੰਗਰਾਂ ਤੋਂ ਗਾਹ ਜਾਣਾ ਨਹੀਂ ਚਾਹੁੰਦੇ। ਪ੍ਰੋਬਲਮ ਸਾਡੀ ਇਹ ਹੈ, ਅਸੀਂ ਦੇਖੋ ਇੰਡੀਆ ਦੇ ਵਿੱਚੋਂ ਆ ਕੇ ਕਿੰਨੇ ਪੰਜਾਬੀਆਂ ਨੇ ਇੱਥੇ ਆ ਕੇ ਟਰੱਕਿੰਗ ਕੰਪਨੀਆਂ ਖੋਲੀਆਂ, ਹੋਟਲ ਲੈ ਲਏ, ਵੱਡੀਆਂ ਵੱਡੀਆਂ ਪ੍ਰੋਪਰਟੀਆਂ ਲਈ ਬੈਠੇ ਨੇ, ਉਹ ਕਿੱਦਾਂ ਲੈ ਲਈਆਂ, ਔਰ ਪੰਜਾਬ ਦੇ ਵਿੱਚ ਅਸੀਂ ਫੇਲ ਹੋ ਗਏ। ਇਹ ਬੜੀਆਂ ਮੰਦਭਾਗੀ ਗੱਲਾਂ ਨੇ ਜਿਹੜੀਆਂ ਸਾਨੂੰ ਸੋਚਣੀਆਂ ਪੈਣਗੀਆਂ, ਇੱਕ ਸਮਾਂ ਆਊਗਾ ਜਿਹੜਾ ਸਾਨੂੰ ਬੈਠ ਕੇ ਚੰਗੀ ਤਰ੍ਹਾਂ ਸੋਚਣਾ ਪਊ, ਲੇਕਿਨ ਆਪਾਂ ਇਸੇ ਤਰ੍ਹਾਂ ਜਾਰੀ ਰੱਖੋ। ਆਹ ਬ੍ਰੇਕ ਹੋ ਗਈ ਛੋਟੀ ਜਿਹੀ, ਬ੍ਰੇਕ ਹੀ ਬੜੀ ਛੇਤੀ ਆ ਜਾਂਦੀ, ਮੈਨੂੰ ਪਤਾ ਨਹੀਂ ਲੱਗਦਾ ਜਾਂ ਮੈਂ ਭਾਵੁਕ ਹੋ ਜਾਂਦਾ ਜਾਂ ਬ੍ਰੇਕ ਜਲਦੀ ਆਉਂਦੀ ਆ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਫਿਰ ਮਹਾਨ ਸਾਹਿਬ ਤੋਂ ਕੁਛ ਇਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਉਹਦੇ ਬਾਰੇ ਜ਼ਰੂਰ ਪੁੱਛਾਂਗੇ। ਦਿਓ ਇੱਕ ਛੋਟੀ ਜਿਹੀ ਬ੍ਰੇਕ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹਾਂ ਇੱਕ ਵਾਰੀ, ਸਿਲਸਿਲਾ ਆਪਣਾ ਉਹੀ ਆ ਗੱਲਾਂ ਬਾਤਾਂ ਦਾ ਕਿ ਕਮਿਊਨਿਟੀ ਨੂੰ ਅਵੇਅਰ ਕਰਨਾ, ਜਾਂ ਉਹ ਕਮਿਊਨਿਟੀ ਪੰਜਾਬੀ ਇੰਡੀਆ ਦੀ ਹੋਵੇ ਜਾਂ ਉਹ ਇੰਡੀਆਨਾ ਦੀ ਹੋਵੇ, ਫਰਕ ਥੋੜ੍ਹਾ ਇੰਡੀਆ ਦੇ ਇੰਡੀਆਨਾ ਦੇ ਵਿੱਚ, ਨਾ ਦਾ ਫਰਕ ਥੋੜ੍ਹਾ ਲੇਕਿਨ ਉੱਦਾਂ ਬਹੁਤ ਵੱਡਾ ਅੰਤਰ ਆ। ਜੇ ਆਪਾਂ ਸੋਚੀਏ ਤਾਂ ਸਾਡੇ ਨਾਲ ਮਹਾਨ ਸਾਹਿਬ ਜੁੜੇ ਹੋਏ ਨੇ, ਆਪਾਂ ਗੱਲ ਕਰਾਂਗੇ ਇਹਨਾਂ ਨੇ ਕਈ ਕੰਪਨੀਆਂ ਜਿਹੜੀਆਂ ਨੇ, ਟਰੱਕਿੰਗ ਕੰਪਨੀ ਹੈ, IDTA ਖੋਲ੍ਹੀ, FMCA ਦੇ ਵਿੱਚ ਵੀ ਆਪਣਾ ਪੈਰ ਜਮਾ ਲਿਆ, ਅਤੇ ਹੋਰ ਨਾਲ ਬ੍ਰੋਕਰੇਜ ਵੀ ਖੋਲ੍ਹਣ ਨੂੰ ਫਿਰਦੇ, ਸਕੂਲ ਵੀ ਨਾਲ ਖੋਲ੍ਹਿਆ, ਕਈ ਕੁਛ ਖਿਲਾਰੇ ਪਾਏ ਹੋਏ ਆ, ਲੇਕਿਨ ਇਹ ਪੰਜਾਬੀਆਂ ਦੀ ਆਦਤ ਆ ਕਿ ਆਪਾਂ ਥੋੜ੍ਹਾ ਜਿਹਾ ਆਲੇ ਦੁਆਲੇ ਨੂੰ ਜਿੰਨਾ ਵੱਧ ਸਕੀਏ ਅਸੀਂ ਕੋਸ਼ਿਸ਼ ਕਰਦੇ ਹਾਂ। ਅਤੇ ਮਹਾਨ ਸਾਹਿਬ ਇੱਕ ਤੁਹਾਨੂੰ ਕੁਸ਼ਚਨ ਪੁੱਛੂਗਾ ਕਿ ਜਿਹੜਾ ਟਰੱਕਿੰਗ ਦੇ ਵਿੱਚ ਆਪਣੀ ਕਾਫ਼ੀ ਇੰਡੀਆ ਦੇ ਵਿੱਚ ਲੋਕ ਨੇ, ਪੰਜਾਬੀ ਬੰਦੇ ਖਾਸ ਕਰਕੇ, ਇਹ ਜਿਹੜੀਆਂ ਜਿੱਦਾਂ ਆਪਾਂ ਗੱਲ ਕਰਦੇ ਸੀ ਇੰਡੀਆ ਸਿਸਟਮ ਦੀ, ਅਨਪੜ੍ਹ ਮੰਤਰੀਆਂ ਦੀ, ਆਪਾਂ ਉਹ ਕੰਮ ਇੱਥੇ ਆ ਕੇ ਹਾਲੇ ਕਿਉਂ ਕਰਦੇ ਹਾਂ? ਮੈਂ ਇਸ ਗੱਲ ਤੋਂ ਵੀ ਬੜਾ ਕੰਫਿਊਜ਼ ਹਾਂ ਕਿ ਆਪਾਂ ਇੰਡੀਆ ਤੋਂ ਆ ਗਏ
ਆਪਣੇ ਲੌਗ ਬਣਾਈ ਫਿਰਦੇ ਆ ਜਾਂ ਪੇਪਰ ਲੌਗ ਜਾਂ ਜਿਹੜੇ ਗਲਤ ਕੰਮ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਿਉਂ ਕਰਦੇ ਨੇ, ਉਹਦੀ ਕੀ ਵਜ੍ਹਾ ਹੈ? ਦੇਖੋ ਜੀ, ਸਾਰੇ ਨਹੀਂ ਕਰਦੇ, ਜੀ ਪਰ ਕਾਫੀ ਵੱਡੀ ਪਰਸੈਂਟੇਜ ਹੈਗੀ ਹੈ ਜਿਹੜੇ ਕਿ ਲੋਕ ਇਹ ਕੰਮ ਕਰਦੇ ਹੈਗੇ। ਰੀਜ਼ਨ ਇਹ ਹੈ ਵੀ ਜਿਵੇਂ ਪਿੱਛੋਂ ਚੱਲੇ ਆਏ ਹੈ, ਜਿਵੇਂ ਜੀ ਆਪਾਂ ਇੰਡੀਆ ਤੋਂ ਆਏ, ਜਾਂ ਇਕੱਲੇ ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਇੰਡੀਅਨਸ ਹੀ ਇਹ ਕਰਦੇ ਹੈ, ਦੂਜੀ ਕਮਿਊਨਿਟੀਜ਼ ਵਾਲੇ ਵੀ ਕਰਦੇ ਹੈਗੇ, ਰਾਈਟ? ਜੀ ਅਤੇ ਉਹ ਜਿਵੇਂ ਪਿੱਛੋਂ ਚੱਲੇ ਆ ਰਹੇ, ਜਿਹੜਾ ਈਜ਼ੀ ਤਰੀਕਾ ਦੇਖਦੇ ਰਹੇ ਹੈ ਪੈਸਾ ਬਣਾਉਣ ਵਾਸਤੇ, ਉਹ ਜਿਹੜਾ ਉਹਨਾਂ ਨੂੰ ਹੁਣ ਸਹੀ ਲੱਗਦਾ ਹੈਗਾ ਵੀ ਹਾਂਜੀ ਕੁਇਕ ਮਨੀ, ਹਾਂਜੀ ਤਾਂ ਉਹਦੇ ਵਿੱਚ ਉਹ ਹੀ ਹਜੇ ਉਹ ਕੈਰੀ ਔਨ ਕਰੀ ਜਾਂਦੇ ਹੈ। ਜੀ ਜੀ ਸਿਰਫ ਇਹ ਸੋਚ ਦਾ ਹੀ ਫਰਕ ਹੈ, ਹੋਰ ਜੀ ਕੁਛ ਨਹੀਂ ਹੈ। ਬਾਕੀ ਜਿਹੜਾ ਸਹੀ ਤਰੀਕੇ ਨਾਲ ਕਰੋਗੇ, ਮਿਹਨਤ ਕਰਕੇ ਕਮਾਓਗੇ, ਉਹ ਨਾਲ ਰਹਿਣਾ ਹੈਗਾ। ਗਲਤ ਤਰੀਕੇ ਨਾਲ ਜਿਹੜਾ ਵੀ ਕਰਨਗੇ, ਉਹ ਰਹਿਣਾ ਹੀ ਨਹੀਂ ਹੈ ਜਿੰਨਾ ਮਰਜ਼ੀ ਉਹ। ਜੀ 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 ਇਹ ਠੀਕ ਆ ਤੁਹਾਡੀ ਇਹ ਵੀ ਗੱਲ ਕਿ ਜੋ ਗਲਤ ਤਰੀਕੇ ਨਾਲ ਕਮਾਇਆ ਉਹ ਰਹਿਣਾ ਨਹੀਂ, ਬਾਅਦ ਵਿੱਚ ਤੁਸੀਂ ਉੱਥੇ ਆ ਜਾਣਾ ਜਿੰਨੇ ਹੱਕ ਦੀ ਕਮਾਈ ਹੀ ਤੁਹਾਡੇ ਕੋਲ ਰਹਿਣੀ ਆ। ਲੇਕਿਨ ਫਿਰ ਵੀ ਮੈਂ ਬਹੁਤ ਐਸੀਆਂ ਗੱਲਾਂ ਆ ਜਿਹੜੀਆਂ ਤੁਸੀਂ ਪਹਿਲਾਂ ਤਾਂ ਦੱਸੋ, ਆ ਜਿਹੜੀ IDTA ਤੁਸੀਂ ਖੋਲ੍ਹੀ, ਟਰੱਕਿੰਗ ਇੰਡੀਆਨਾ ਟਰੱਕਿੰਗ ਡਿਵਰਸ ਐਸੋਸੀਏਸ਼ਨ, ਇਹਦਾ ਖੋਲ੍ਹਣ ਦਾ ਕੀ ਮਤਲਬ ਜਾਂ ਇਹ ਕੀ ਕਰਦੀ ਆ, ਇਹਦੇ ਬਾਰੇ ਚਾਨਣਾ ਪਾਓ। ਜੀ, ਇੰਡੀਆਨਾ ਡਾਇਵਰਸ ਟਰੱਕ ਐਸੋਸੀਏਸ਼ਨ ਆਪਾਂ ਖੋਲ੍ਹੀ ਸੀਗੀ 2019 ਸੈਪਟੈਂਬਰ ਦੇ ਵਿੱਚ। ਉਹ ਜੀ ਟਾਈਮ ਜਿਹੜਾ ਸੀਗਾ ਇੰਡਸਟਰੀ ਦਾ, ਆਪਣੀ ਟਰੱਕਿੰਗ ਦਾ, ਬਹੁਤ ਮਾੜਾ ਇੰਡਸਟਰੀ ਦਾ ਟਾਈਮ ਸੀਗਾ। ਫ੍ਰੇਟ ਸਹੀ ਨਹੀਂ ਸੀ, ਹੋਰ ਵੀ ਲੋਕਾਂ ਕੋਲ ਬਹੁਤ ਇਸ਼ੂ ਆ ਰਹੇ ਸੀ, ਡਰਾਈਵਰ ਦੀ ਸ਼ੋਰਟੇਜ ਤਾਂ ਹਮੇਸ਼ਾ ਹੀ ਰਹੀ ਹੈਗੀ। ਜੀ ਉਹਦੇ ਵਿੱਚ ਕਈ ਮੇਰੇ ਖੁਦ ਕੇ ਜਾਣਕਾਰ ਸੀ, ਕਈ ਅਨਨੋਨ ਸੀ। ਜਦੋਂ ਮੈਨੂੰ ਕਾਲਾਂ ਮਿਲਦੀਆਂ ਸੀ ਵੀ ਹੁਣ ਆਹ ਹੋ ਰਿਹਾ ਹੈਗਾ, ਵੀ ਕੈਨ ਈਵਨ ਅਫੋਰਡ ਟੂ ਪੇ ਦਾ ਇੰਸ਼ੋਰੈਂਸ, ਫਿਊਲ ਜੀ ਵਾਸਤੇ ਨਹੀਂ ਪੈਸੇ ਹੁੰਦੇ ਸੀ, ਮੇਨਟੇਨੈਂਸ ਨਹੀਂ ਕਰ ਸਕਦੇ। ਇਹ ਜਿਹੜੀ ਇਸ਼ੂ ਆਈ ਹੈ, ਇਹ ਜ਼ਿਆਦਾਤਰ ਛੋਟੀ ਕੰਪਨੀਜ਼ ਨੂੰ ਆਈ ਹੈ, ਮੋਸਟਲੀ ਕੰਪਨੀਆਂ ਜਿਹੜੀਆਂ ਕਿ 15 ਤੋਂ ਘੱਟ ਜਿੰਨਾ ਟਰੱਕ ਕੰਪਨੀਜ਼ ਕੋਲ ਟਰੱਕ ਸੀ, ਕਿਉਂਕਿ ਨਾ ਉਹਨਾਂ ਕੋਲ ਰਿਪੇਅਰ ਸ਼ਾਪਸ ਹੁੰਦੀਆਂ, ਨਾ ਉਹਨਾਂ ਕੋਲ ਹੋਲਡਿੰਗ ਲਾਟਸ ਹੁੰਦੇ, ਨਾ ਐਕਸਟਰਾ ਟ੍ਰੇਲਰਸ ਹੁੰਦੇ ਗੇ, ਰਾਈਟ? ਜੀ ਇਕਵਿਪਮੈਂਟ ਨਹੀਂ ਸੀ। ਤਾਂ ਉਹਦੇ ਨਾਲ ਇਹ ਚੀਜ਼ ਦਾ ਇਸ਼ੂ ਆਇਆ ਸੀਗਾ। ਤਾਂ ਕਈ ਮੈਂ ਜਾਣਦਾ ਵੀ ਜਿਹੜੀ ਕੰਪਨੀਜ਼ ਬੰਦ ਕਰ ਗਏ ਸੀਗੇ, ਕਿਉਂਕਿ ਕੋਈ ਸਪੋਰਟ ਨਹੀਂ ਸੀ, ਨਾ ਤਾਂ ਕੋਈ ਉਸ ਟਾਈਮ ਗਵਰਨਮੈਂਟ ਸਪੋਰਟ ਆਈ ਸੀਗੀ, ਠੀਕ ਹੈ? ਤੇ ਆ ਫਾਈਨੈਂਸ਼ਲੀ ਸਾਊਂਡ ਨਹੀਂ ਸੀ, ਤੇ ਉਹਦੇ ਵਿੱਚ ਬਹੁਤ ਵੱਡਾ ਫੈਕਟ ਹੁੰਦਾ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਈਜ਼ੀ ਮਨੀ, ਰਾਈਟ? ਟਰੱਕ ਚੱਲ ਰਹੇ ਹੈਗੇ, ਪੈਸਾ ਆ ਰਿਹਾ ਹੈਗਾ, ਤੇ ਉਹ ਪੈਸਾ ਆਨਸਾਰ ਮੋਸਟਲੀ ਕੀ ਹੁੰਦਾ, ਬੰਦਾ ਜਾ ਕੇ ਵੱਡਾ ਘਰ ਲੈਂਦਾ, ਅੱਛੀਆਂ ਗੱਡੀਆਂ ਲੈ ਲੈਂਦਾ, ਵੀ ਅਫਕੋਰਸ ਜ਼ਿੰਦਗੀ ਦੇ ਹੁੰਦੇ, ਪਰ ਉਹਨੂੰ ਸੇਵਿੰਗ 'ਚ ਨਹੀਂ ਪਾਉਂਦੇ, ਕਿਉਂਕਿ ਟਰੱਕ ਡੈਪਰੀਸ਼ੀਏਟ ਹੁੰਦੇ ਆ, ਬੁਰਾ ਟਾਈਮ ਵੀ ਆਊ, ਉਸ ਟਾਈਮ ਉਹ ਸੇਵਿੰਗ 'ਚ ਨਹੀਂ ਰੱਖਦੇ ਉਹ ਟਾਈਮ ਦੀ ਵਜ੍ਹਾ ਨਾਲ। ਤੇ ਕਈਆਂ ਨੇ, ਜਿਨ੍ਹਾਂ ਨੇ ਵਿਚਾਰੇ ਨੇ ਰੱਖੇ ਵੀ ਹੈਗੇ ਆ, ਪਰ ਟਾਈਮ ਇੰਨਾ ਖਰਾਬ ਸੀਗਾ ਕਿ ਉਹ ਸੇਵਿੰਗਸ ਵੀ ਨਾਲ ਚਲੀ ਗਈ, ਉਹਦੀ ਵਜ੍ਹਾ ਨਾਲ ਉਹ ਕੰਪਨੀਜ਼ ਬੰਦ ਹੋਈਆਂ। ਜੀ ਉਹ ਜੀ ਤੋਂ ਬਗੈਰ ਕੀ ਸੀਗਾ, ਰਿਪੇਅਰ ਸ਼ਾਪਸ ਦੇ ਉੱਤੇ ਡਿਸਪਿਊਟ ਸੀ, ਗਲਤ ਨਜਾਇਜ਼ ਚਾਰਜ ਕਰ ਲੈਂਦੇ ਸੀਗੇ, ਜੀ ਡੈਪ ਦੇ ਠੀਕ ਹੋਣ ਵਾਸਤੇ ਟਰੱਕ ਗਿਆ, ਤੇ ਨਾਲ ਕਹਿੰਦੇ ਤੁਹਾਡੇ ਇੰਜੈਕਟਰ ਵੀ ਖਰਾਬ ਹੈ। ਉਹ ਜਦੋਂ ਜੀ ਟਰੱਕ ਇੱਕ ਵਾਰ ਉੱਥੇ ਹੋ ਗਿਆ, ਕਹਿੰਦੇ ਇਸ ਤਾਂ ਖੋਲਿਆ ਹੋਇਆ, ਜਾਂ ਤਾਂ ਇਹਦੇ ਪੈਸੇ ਤੋਂ ਲੇਬਰ ਦੇ, ਜੀ ਬੰਦਾ ਟਰੱਕ ਚੱਕ ਨਹੀਂ ਸਕਦਾ। ਜੀ ਤਾਂ ਇਹ ਜੀ ਬਹੁਤ ਇਸ਼ੂਜ਼ ਆਏ ਸੀਗੇ, ਕਈ ਥਾਂ ਤੇ ਸ਼ਿਪਰਸ ਨੇ ਨਜਾਇਜ਼ ਕੀਤਾ, ਰਿਸੀਵਰ ਨੇ ਕੀਤਾ, ਜੀ ਉਹਨਾਂ ਨੇ ਵੀ ਜਿਵੇਂ ਫ੍ਰੇਟ ਲੈ ਕੇ ਬੰਦਾ ਜਾ ਰਿਹਾ ਡਿਲੀਵਰੀ ਵਾਸਤੇ, ਉਹਨਾਂ ਨੂੰ 5-5, 6-6 ਘੰਟੇ ਹੋਲਡ ਕੀਤਾ ਹੋਇਆ, ਜਾਣ ਨਹੀਂ ਦਿੰਦੇ ਉਹਨਾਂ ਨੂੰ, ਰਾਈਟ? ਕਈਆਂ ਦੇ DOT ਦੀ ਇਸ਼ੂ ਸੀ, ਕਈ ਵਾਰ ਇਹ ਹੋਇਆ ਹੈਗਾ ਕਿ ਡਰਾਈਵਰਸ ਨੂੰ ਨਜਾਇਜ਼ ਟਿਕਟਾਂ ਦਿੱਤੀਆਂ ਗਈਆਂ ਕਿ ਇਹਨਾਂ ਨੂੰ ਇੰਗਲਿਸ਼ ਬੋਲਣੀ ਆਉਂਦੀ, ਜੇ ਉਹਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਤਾਂ ਉਹ ਲਾਇਸੈਂਸ ਕਿਵੇਂ ਲੈ ਗਿਆ, ਠੀਕ ਹੈ? ਤੇ ਅਜੇ ਕਈ ਇਸ਼ੂਜ਼ ਓਵਰ ਦਾ ਟਾਈਮ ਆਏ, ਬ੍ਰੋਕਰਸ ਨੇ ਵੀ ਨਜਾਇਜ਼ ਕੀਤੀ ਹੈ। ਲਿਟਰਲੀ ਕੇਸ ਆਇਆ ਸੀ ਜਿਹਦਾ ਬ੍ਰੋਕਰ ਨੇ ਪੈਸੇ ਹੋਲਡ ਕਰ ਲਏ ਸੀ, ਫੈਕਟਰਿੰਗ ਕੰਪਨੀ ਨੇ ਪੈਸੇ ਹੋਲਡ ਕਰ ਲਏ, ਵੀ ਸਾਡੇ ਇਹ ਕਲੀਅਰ ਕਰੇਗਾ ਤਾਂ ਤੁਸੀਂ ਇਹਨੂੰ ਕਿਸੇ ਹੋਰ ਨਾਲ ਬਿਜ਼ਨਸ ਕਰਨ ਦੇਵੋਗੇ, ਕਿਉਂਕਿ ਬਿਜ਼ਨਸ ਹੀ ਨਹੀਂ ਕਰਨ ਦੇਵਾਂਗੇ। ਅਜੇ ਇਹ ਚੀਜ਼ਾਂ ਹੋਈ, ਤਾਂ ਉਹ ਕਈ ਕੇਸਿਸ ਰੈਗੂਲਰ ਆਏ, ਤਾਂ ਜਿਹੜੇ ਆਪਣੇ ਇੰਡੀਆਨਾ ਦੇ ਲੀਡਰ ਸੀਗੇ ਟਰੱਕਿੰਗ ਦੇ, ਅੱਛੇ ਅੱਛੇ ਜਿਹੜੇ ਪੁਰਾਣੇ ਸੀ, ਮੈਂ ਉਹਨਾਂ ਨੂੰ ਜਾ ਕੇ ਗੱਲ ਕੀਤੀ ਵੀ ਬਾਈ ਆਹ ਪ੍ਰੋਬਲਮ ਆ ਰਹੀ ਹੈ, ਵੀ ਆਪਾਂ ਨੂੰ ਕੋਈ ਐਸੋਸੀਏਸ਼ਨ ਖੋਲ੍ਹਣੀ ਚਾਹੀਦੀ ਹੈ ਜੀ ਜਿਹਦੇ ਨਾਲ ਛੋਟੀ ਕੰਪਨੀਆਂ ਸਰਵਾਈਵ ਕਰ ਸਕਣ, ਜਾਂ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਹੋ ਸਕੇ। ਜੀ ਪਰ ਪ੍ਰੋਬਲਮ ਹੈ, ਜਦੋਂ ਬੰਦਾ ਇੱਕ ਸਕਸੈਸ ਤੇ ਚਲਾ ਜਾਂਦਾ ਹੈਗਾ, ਉਹ ਨਹੀਂ ਦੇਖਦਾ ਕਿ ਮੈਂ ਕਿਸੇ ਵਾਸਤੇ ਕੁਝ ਕਰਾਂ, ਉਹਨੂੰ ਇਹ ਵੀ ਯਾਰ ਮੈਂ ਆਪਦਾ ਸੰਭਾਲਾਂ ਕਿਵੇਂ ਤੋਂ ਕਿਵੇਂ, ਕਿਵੇਂ ਪ੍ਰਧਾਨਗੀ ਝਾੜੀ ਹੈਗੀ। ਜੀ ਮੈਨੂੰ ਮੋਸਟਲੀ ਰਿਸਪੋਂਸ ਆਹੀ ਆਇਆ। ਜੀ ਅਲਟੀਮੇਟਲੀ ਜਦੋਂ ਇੱਕ ਦਿਨ ਮੇਰੇ ਬਹੁਤ ਕਰੀਬੀ ਫਰੈਂਡ ਦਾ ਫੋਨ ਆਇਆ ਵੀ ਯਾਰ ਐਂ ਕਰਕੇ ਹੈ ਵੀ ਮੈਂ ਕੰਪਨੀ ਬੰਦ ਕਰ ਰਿਹਾ, 7 ਟਰੱਕ ਹੈਗੇ ਵੀ ਆਹ ਕਰਕੇ, ਤਾਂ ਮੈਨੂੰ ਬਹੁਤ ਅਫਸੋਸ ਹੋਇਆ। ਜੀ ਰਾਈਟ ਅਵੇ ਮੇਰਾ ਬ੍ਰਦਰ ਹੈ ਯੋਗੀ, ਯੋਗੇਸ਼ ਮਹੰਤ, ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯੋਗੀ ਯਾਰ ਆਪਾਂ ਕੁਛ ਕਰੀਏ, ਰਾਈਟ? ਜੀ ਸਾਡੇ CPA ਸੀਗੇ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਆਉਣਾ ਹੈਗਾ, ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਨੀਡ ਯੂ ਜੀ ਯੂ ਨੋ ਫਿਊ ਮਿੰਟਸ। ਉਹ ਕਹਿੰਦਾ ਵੀ ਆ ਜਾ, ਗਿਆ ਉੱਥੇ ਬੈਠੇ, ਡਿਸਾਈਡ ਕੀਤੀ, ਰਾਈਟ ਅਵੇ ਅਸੀਂ ਕੰਪਨੀ ਫਾਰਮ ਕੀਤੀ, ਨਾਮ ਵੀ ਉਹਦੇ ਹੀ ਸੋਚਿਆ, ਇੰਡੀਆਨਾ ਜੀ ਡਾਇਵਰਸ ਟਰੱਕ ਐਸੋਸੀਏਸ਼ਨ, ਜੀ ਨਾਮ ਸੋਚ ਕੇ ਕੰਪਨੀ ਫਾਰਮ ਕਰਕੇ ਤੇ ਲੋਕਾਂ ਵਾਸਤੇ ਉਹ ਤੋਂ ਸ਼ੁਰੂ ਕੀਤਾ। ਇਹਦੇ ਵਿੱਚ ਬੇਸਿਕਲੀ ਜੋ ਹੈਗਾ ਹੈ, ਇਸ ਦੇ ਨੋ ਚਾਰਜਿਸ, ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਤੁਸੀਂ ਕੁਝ ਦਿਓ ਇਹਦੇ ਵਾਸਤੇ, ਜੀ ਪਰ ਜੋ ਵੀ ਅਸੀਂ ਹੈਲਪ ਲੈ ਸਕਦੇ ਹਾਂ, ਬੇਸ਼ੱਕ ਉਹ ਇਮੀਗ੍ਰੇਸ਼ਨ ਦਾ ਹੈਗਾ ਹੈਗਾ, ਜੀ ਰਾਈਟ? ਮੇਰੇ ਕੁਝ ਫਰੈਂਡਸ ਹੈ ਇਮੀਗ੍ਰੇਸ਼ਨ ਅਟਰਨੀਜ਼ ਹੈ, ਮੈਂ ਜੀ ਉਹਨਾਂ ਨੂੰ ਕੰਸਲਟ ਕਰ ਸਕਦਾ ਵੀ ਆਹ ਬੰਦੇ ਨੂੰ ਆਹ ਪ੍ਰੋਬਲਮ ਆ ਰਹੀ ਹੈ, ਕਿਉਂਕਿ
ਰਾਈਟ, ਜਾਂ ਸਕੂਲਸ ਵਾਸਤੇ ਕਿਵੇਂ ਹੈਲਪ ਕਰ ਸਕਦੇ ਹਾਂ ਜੋਬਸ ਦੇ। ਕਈ ਵਾਰ ਕੀ ਹੁੰਦਾ ਟਰਕਿੰਗ ਕੰਪਨੀਜ਼ ਬੈਨੀਫਿਟ ਲੈਂਦੀਆਂ ਹੈਗੀਆਂ ਨਵੇਂ ਡਰਾਈਵਰਾਂ ਦੀਆਂ, ਤਾਂ ਆਪਾਂ ਉਹਨੂੰ ਕਿਵੇਂ ਅਵੋਇਡ ਕਰ ਸਕਦੇ ਵੀ ਉਹਨਾਂ ਨੂੰ ਜਿਹੜੀ ਕੰਪਨੀਜ਼ ਹੈਗੀਆਂ ਉਹਨਾਂ ਨੂੰ ਰਿਸਟੇਨ ਕਰੀਏ ਵੀ ਤੁਸੀਂ ਐਂ ਨਹੀਂ ਹੈ ਕਿ ਬੰਦੇ ਨੂੰ ਇੱਥੋਂ ਕੈਲੀਫੋਰਨੀਆ ਭੇਜ ਰਹੇ ਤਾਂ ਕਹਿੰਦੇ ਸਿਰਫ $250 ਦੇਵਾਂਗੇ, ਜੀ ਤਾਂ ਨਜਾਇਜ਼ ਫਾਇਦਾ ਚੱਕਦੇ ਆ। ਸੋ ਇਹ ਜੀ 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 ਬਹੁਤ ਉਹਨਾਂ ਦੀ ਹੈਲਪ ਕਰਨ ਵਾਸਤੇ ਐਸੋਸੀਏਸ਼ਨ ਖੋਲੀ ਸੀ ਜੀ ਅਤੇ ਕਰ ਰਹੇ ਸਲੋਲੀ ਸਲੋਲੀ ਕੰਮ ਕਰ ਰਹੇ ਹਾਂ, ਲੋਕਾਂ ਦੀ ਹੈਲਪ ਜਿੰਨੀ ਹੁੰਦੀ ਹੈ ਆਪਣੇ ਕੋਲੋਂ ਉਹ ਕਰਦੇ ਹਾਂ। ਇਹ ਐਸੋਸੀਏਸ਼ਨ ਜਿਹੜੀ ਤੁਸੀਂ IDTA ਜੀ ਕੀ ਆਪਾਂ ਪਬਲਿਕ ਲਈ ਵੀ ਖੋਲੀ ਹੋਈ ਆ ਜਾਂ ਕੀ ਮੈਂਬਰਸ਼ਿਪ ਆ? ਜਾਂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਟਰੱਕ ਚਲਾ ਰਹੇ ਹੋ ਜਿਹੜੀਆਂ ਇਸ ਤਰ੍ਹਾਂ ਦੀਆਂ ਐਸੋਸੀਏਸ਼ਨ, ਉਹਦੇ ਨਾਲ ਜ਼ਰੂਰ ਜੁੜੋ। ਜੇ ਥੋੜ੍ਹੀ ਵਾਲੀ ਫੀਸ ਵੀ ਉਹ ਦਿਓ, ਇਹਦੇ ਬਾਰੇ ਜ਼ਰੂਰ ਦੱਸੋ ਕਿ ਜਿਹੜੀ ਐਸੋਸੀਏਸ਼ਨ ਤੁਸੀਂ ਬਣਾਈ ਸੀ ਇਹ ਟਰੱਕਾਂ ਵਾਲਿਆਂ ਨੂੰ ਕਿੱਦਾਂ ਹੈਲਪ ਕਰੂਗੀ। ਇਹ ਨਹੀਂ ਕਿ ਲੋਡ ਦਊਗੀ ਜਾਂ ਉਹਨਾਂ ਦੇ ਫਸੇ ਹੋਏ ਲੋਡ ਜਾਂ ਫਸੇ ਹੋਏ ਪੈਸੇ ਜਾਂ ਵਾਇਲੇਸ਼ਨ ਆ, ਉਹਨਾਂ ਬਾਰੇ ਕੀ ਕਰੂਗੀ ਐਸੋਸੀਏਸ਼ਨ? ਐਸੋਸੀਏਸ਼ਨ ਦਾ ਮੇਨ ਇਹ ਹੈ, ਜਿਵੇਂ ਕੋਈ ਕੰਪਲੇਂਟ ਹੈ, ਫੋਰ ਐਗਜ਼ਾਮਪਲ ਇੱਕ ਸ਼ਿਪਰ ਦੀ ਕੰਪਲੇਂਟ ਹੈ ਕਿ ਉਹ ਰੈਗੂਲਰ ਲੋਡਿੰਗ ਟਾਈਮ ਤੇ 6 ਤੋਂ 7 ਘੰਟੇ ਲਾਉਂਦਾ ਹੈਗਾ। ਹੁਣ ਹੈਗੀ ਹੈ ਇਲੈਕਟ੍ਰੋਨਿਕ ਲੌਗ ਡਿਵਾਈਸਿਸ ਆ ਰਹੇ ਹੈ, ਰਾਈਟ, ਤੁਸੀਂ ਟਰੱਕ ਮੂਵ ਕਰਦੇ ਲੌਗ ਬੁੱਕ ਤੁਹਾਡੀ ਔਨ ਹੋ ਜਾਂਦੀ ਹੈ, ਤਾਂ ਜਿਹੜਾ ਡਰਾਈਵਰ ਹੈ ਉਹ ਤਾਂ ਫਸ ਗਿਆ ਉੱਥੇ। ਬੇਸਿਕਲੀ ਜਿਹੜਾ ਇੰਡਸਟਰੀ ਦਾ ਸਟੈਂਡਰਡ ਹੈ ਉਹ 2 ਘੰਟੇ 'ਚ ਲੋਡਿੰਗ ਤੇ 2 ਘੰਟੇ 'ਚ ਅਨਲੋਡਿੰਗ ਹੋਣੀ ਚਾਹੀਦੀ ਹੈ, ਰਾਈਟ, ਜੋ ਕਿ ਲੋਟ ਆਫ ਟਾਈਮ ਨਹੀਂ ਹੁੰਦਾ। ਜੇ ਇੱਕ ਸੇਮ ਸ਼ਿਪਰ ਹੈ ਉਹ 6 6 7 7 ਘੰਟੇ ਲਾ ਰਿਹਾ ਹੈਗਾ, ਤਾਂ IDTA ਉਹਨਾਂ ਨੂੰ ਨੋਟਿਸ ਭੇਜ ਸਕਦੀ ਵੀ ਸਾਡੇ ਕੋਲ ਇੰਨੀ ਕੰਪਲੇਂਟਸ ਆਈਆਂ ਹੈਗੀਆਂ, ਤੁਸੀਂ ਇਹਨੂੰ ਇੰਪਰੂਵ ਕਰੋ, ਰਾਈਟ, ਸਾਨੂੰ ਇਹਦੀ ਕਲੈਰੀਫਿਕੇਸ਼ਨ ਦਿਓ ਵੀ ਤੁਸੀਂ ਇੰਨਾ ਟਾਈਮ ਕਿਉਂ ਲਾ ਰਹੇ ਹੋਗੇ। ਜੇ ਰੈਗੂਲਰ ਪ੍ਰੋਬਲਮਸ ਹੋ ਰਹੀਆਂ ਹੈਗੀਆਂ ਤਾਂ ਆਪਾਂ ਨੂੰ ਲੈਟਰ ਭੇਜ ਸਕਦੇ ਵੀ ਜਿੰਨੇ ਵੀ IDTA ਦੇ ਮੈਂਬਰ ਹੈਗੇ ਆ, ਅਸੀਂ ਤੁਹਾਡੇ ਤੋਂ ਨਾ ਤਾਂ ਕੋਈ ਲੋਡ ਚੱਕਾਂਗੇ ਤੇ ਨਾ ਹੀ ਤੁਹਾਡੇ ਕੋਲ ਲੋਡ ਲਾਵਾਂਗੇ। ਆਈ ਹੈਵ ਯੂਜ਼ਡ ਇਟ, ਇਟ ਵਰਕਸ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਹੜੀ ਵਾਪਸ ਗੱਲ ਉੱਥੇ ਆ ਗਈ ਘੁੰਮ ਕੇ ਕਿ ਜੇ ਤੁਹਾਡੇ ਕੋਲ ਨੌਲੇਜ ਹੈ ਜਾਂ ਤੁਹਾਡੇ ਕੋਈ ਲੀਗਲ ਲਾਅ ਹੈ ਤਾਂ ਤੁਸੀਂ ਕਿਸੇ ਵੀ ਵਿਗੜੇ ਹੋਏ ਬੰਦੇ ਨੂੰ ਸੁਧਾਰ ਸਕਦੇ ਹਾਂ। ਜਾਂ ਕੋਈ ਵਿਗੜੀ ਹੋਈ ਕੰਪਨੀ ਹੋਵੇ ਉਹਨੂੰ ਲੈਟਰ ਜਾਊਗਾ ਕਿ ਤੇਰੇ ਲੋਡ ਸਾਰੇ ਚੱਕਣੇ ਬੰਦ ਕਰ ਦਾਂਗੇ। ਕੋਈ ਵੀ ਬੰਦਾ ਚਾਹੇ ਉਹ ਪੰਜਾਬੀ ਹੋਵੇ, ਅਫਰੀਕਾ ਦਾ ਹੋਵੇ ਜਾਂ ਪਾਕਿਸਤਾਨੀ ਹੋਵੇ, ਕਿੱਦਾਂ ਦਾ ਵੀ ਹੋਵੇ, ਉਹਦੇ ਲੋਡ ਚੱਕਣੇ ਉਹਨੂੰ ਡਰ ਪਊਗਾ ਕਿ ਮੇਰਾ ਬਿਜ਼ਨਸ ਖਰਾਬ ਹੋਊਗਾ। ਜੀ, ਇਹਦਾ ਫਰਕ ਹਮੇਸ਼ਾ ਪੈਂਦਾ ਹੈਗਾ ਵੀ ਕੋਈ ਵੀ ਅੱਛਾ ਬੰਦਾ ਹੁੰਦਾ ਹੈ ਹਮੇਸ਼ਾ ਡਰਦਾ ਹੈ ਵੀ ਰੈਪੂਟੇਸ਼ਨ ਖਰਾਬ ਨਾ ਹੋਵੇ, ਠੀਕ ਹੈ ਜੀ, ਤੇ ਮੈਂ ਜਿਹੜੀ ਮਾਰਕੀਟ 'ਚ ਮੈਂ ਬਲੈਕ ਲਿਸਟ ਨਾ ਹੋਵਾਂ। ਬ੍ਰੋਕਰ ਦਾ ਵੀ ਹੈ, ਜਦੋਂ ਮੈਂ ਕੰਪਨੀ ਸ਼ੁਰੂ ਕੀਤੀ ਸੀ ਬੈਕ ਇਨ 2015 'ਚ, ਮਹਾਨ ਟਰਾਂਸਪੋਰਟੇਸ਼ਨ ਸ਼ੁਰੂ ਕੀਤੀ ਸੀ, ਸਾਨੂੰ ਬਹੁਤ ਸਟਰਗਲਸ ਦਾ ਸਾਹਮਣਾ ਕਰਨਾ ਪਿਆ ਵੀ ਜੀ ਤੁਹਾਡੀ ਕੰਪਨੀ 6 ਮਹੀਨੇ ਪੁਰਾਣੀ ਨਹੀਂ ਹੈ, ਅਸੀਂ ਤੁਹਾਨੂੰ ਲੋਡ ਨਹੀਂ ਦੇ ਸਕਦੇ, ਤੁਹਾਡੀ ਕੰਪਨੀ ਦੀ ਆਹ ਰੇਟਿੰਗ ਨਹੀਂ ਹੈ ਤਾਂ ਨਹੀਂ ਲੋਡ ਦੇ ਸਕਦੇ, ਤੁਹਾਡੇ ਕੋਲ ਜੀ 10 ਟਰੱਕ ਤੋਂ ਘੱਟ ਹੈ ਆਹ ਲੋਡ ਨਹੀਂ ਦੇ ਸਕਦੇ, ਬਹੁਤ ਚੀਜ਼ਾਂ ਦੀ ਪ੍ਰੋਬਲਮ ਹੈ। ਚਲੋ ਕੰਪਨੀਜ਼ ਦੀ ਹਰੇਕ ਦੀ ਆਪਦੀ ਪਾਲਿਸੀਜ਼ ਹੁੰਦੀ ਹੈਗੀ, ਆਪਾਂ ਮੰਨਦੇ ਹਾਂ, ਪਰ ਕਈ ਥਾਂ 'ਤੇ ਨਜਾਇਜ਼ ਹੀ ਕਰ ਜਾਂਦੇ ਆ ਉਹ। ਜਿਵੇਂ ਕਿਸੇ ਨੂੰ 6 ਘੰਟੇ ਤੁਸੀਂ ਹੋਲਡ ਕੀਤਾ ਹੋਇਆ ਲੋਡ ਲੋਡਿੰਗ ਕਰਨ ਵਾਸਤੇ, ਉਹ ਕਹਿੰਦਾ ਯਾਰ ਮੈਂ ਲੋਡ 2 ਘੰਟੇ, ਉਹ ਕਹਿੰਦਾ ਮੈਂ ਲੋਡ ਹੀ ਨਹੀਂ ਚੱਕਣਾ, ਉਹ ਕਹਿੰਦੇ ਤੈਨੂੰ ਜਾਣ ਹੀ ਨਹੀਂ ਦੇਣਾ, ਉਹ ਕਰਕੇ ਰੱਖ ਥੱਲੇ ਲੋਕ ਲਾ ਕੇ ਰੱਖਦੇ, ਉਹਨੂੰ ਜਾਣ ਹੀ ਨਹੀਂ ਦਿੰਦੇ, ਉਹਦੇ 1 ਪੈਲਟ ਰੱਖ ਦਿੰਦੇ ਹੈਗੇ, ਨਜਾਇਜ਼ ਕੀਤੀ ਉਹਦੇ ਨਾਲ ਬੰਦੇ ਨਾਲ, ਜੀ ਰਾਈਟ, ਉਹ ਜੀ ਤਾਂ ਟਾਈਮ ਲੂਜ਼ ਕਰ ਰਿਹਾ ਹੈਗਾ, ਉਹ ਕਹਿੰਦਾ ਮੈਂ ਚੱਕਣਾ ਹੀ ਨਹੀਂ, ਲੋਡ ਹੀ ਨਹੀਂ ਚੱਕਣਾ, ਗੱਲ ਹੀ ਖਤਮ, ਆਈ ਚੇਂਜ ਮਾਈ ਮਾਈਂਡ, ਆਈ ਡੋਂਟ ਗੋ ਟੂ ਵਰਕ ਟੂਡੇ, ਜੀ ਉਹ ਕਹਿੰਦੇ ਨਹੀਂ ਤੈਨੂੰ ਧੱਕੇ ਨਾਲ ਚੁਕਾਵਾਂਗੇ। ਇਹ ਨਜਾਇਜ਼ ਚੀਜ਼ਾਂ ਹੁੰਦੀਆਂ, ਡੀਲਰਸ਼ਿਪ 'ਚ ਵੀ ਹੁੰਦੀਆਂ ਹੈਗੀਆਂ, ਹਰੇਕ ਇੰਡਸਟਰੀ 'ਚ ਇਹ ਚੀਜ਼ ਦੀ ਇਸ਼ੂ ਹੈਗਾ। ਆਪਣੀ ਇੰਡਸਟਰੀ 'ਚ ਬਹੁਤ ਜ਼ਿਆਦਾ ਇਸ਼ੂ ਹੈ ਇਹ, ਪਰ ਇਹ ਹੈ ਕਿ ਇਹਨਾਂ ਨੂੰ ਹੈਲਪ ਕਰਨ ਵਾਸਤੇ ਲੋਕ ਨਹੀਂ ਅੱਗੇ ਆਉਂਦੇ। ਹੋਰ ਵੀ ਬਹੁਤ ਅੱਛੇ ਅੱਛੇ ਆਰਗਨਾਈਜੇਸ਼ਨਸ ਹੈ, ਈਵਨ ਦੋ IDTA ਤੋਂ ਪਹਿਲਾਂ ਵੀ ਮੈਂ ਇੱਕ ਬਹੁਤ ਅੱਛੀ ਆਰਗਨਾਈਜੇਸ਼ਨ ਦਾ ਹਜੇ ਵੀ ਹੈਗੀ, ਉਹਦਾ ਮੈਂਬਰ ਵੀ ਹੈਗੇ ਹੈਗਾ, ਰਾਈਟ, ਲੇਕਿਨ ਉਹ ਮੋਸਟਲੀ ਜਿਹੜੀਆਂ ਪ੍ਰੋਟੈਕਟ ਕਰਦੀਆਂ ਉਹ ਵੱਡੀ ਕੰਪਨੀਜ਼ ਨੂੰ ਪ੍ਰੋਟੈਕਟ ਕਰਦੀਆਂ, ਉਹ ਐਸੋਸੀਏਸ਼ਨ ਦੇ ਵਿੱਚ ਮੋਸਟਲੀ ਕੰਪਨੀਆਂ 500 ਟਰੱਕ ਹੈਗੇ ਆ, 2000 ਟਰੱਕ ਹੈ, ਉਹ ਉਹਦੇ ਮੈਂਬਰ ਹੈ, ਉਹ ਆਪਦੀ ਉਹਨਾਂ ਦੇ ਲੋਬਿਸਟ ਹੈਗੇ, ਸਾਰਾ ਕੁਝ ਉਹਨਾਂ ਦੇ ਅਟਰਨੀਜ਼ ਆਪਦੇ ਹਾਈ ਐਂਡ ਅਟਰਨੀਜ਼ ਹੈ, ਉਹਨਾਂ ਬਹੁਤ ਛੇਤੀ ਸੁਣੀ ਜਾਂਦੀ ਹੈ। ਆਈ ਹੈਵ ਯੂਜ਼ ਦੈਮ। ਸੋ ਕੱਲਾ ਬੰਦਾ ਕੱਲਾ ਹੀ ਹੁੰਦਾ, ਉਹਦੀ ਕੋਈ ਪੁੱਛ ਪੁੱਛ ਨਹੀਂ ਹੁੰਦੀ, ਕਦੇ 2 ਤੇ 11 ਹੋ ਜਾਣ ਤਾਂ ਉਹਦੀ ਹਾਂਜੀ ਬਹੁਤ ਪੁੱਛ ਹੈ, ਤਾਂ ਆਪਾਂ ਨੂੰ ਬਹੁਤ ਬਹੁਤ ਜ਼ਰੂਰਤ ਹੈ ਇਕੱਠੇ ਰਹਿਣ ਦੀ। ਮੈਂ ਕੱਲਾ ਇਹ ਨਹੀਂ ਕਹਿੰਦਾ ਵੀ ਆਪਣੇ ਇਕੱਲੇ ਪੰਜਾਬੀ ਭਜਾ ਜਾਂ ਆਪਣੇ ਭਰਾ ਜਾਂ ਆਪਣੇ ਇੰਡੀਅਨ ਲੋਕ ਹੀ ਟਰੱਕਿੰਗ ਵਾਲੇ, ਮੈਂ ਕਹਿੰਦਾ ਦੂਜੇ ਵਾਲੇ ਵੀ, ਇਟਸ ਆਲ ਡਾਇਵਰਸ, ਸਾਰੇ ਇਕੱਠੇ ਹੋਣ ਐਸੋਸੀਏਸ਼ਨ ਨੂੰ ਚਲਾਉਣ, ਠੀਕ ਹੈ ਜੀ, ਇਹ ਇਕੱਲੀ ਮੇਰੀ ਨਹੀਂ ਹੈਗੀ ਇਹ, ਠੀਕ ਹੈ, ਇਹਦੇ ਹਰੇਕ 2 ਸਾਲ ਦੇ ਚੇਅਰਮੈਨ ਚੇਂਜ ਹੋਊਗਾ, ਰਾਈਟ, ਬੋਰਡ ਮੈਂਬਰਸ ਚੇਂਜ ਹੋਣਗੇ, ਇਟਸ ਓਪਨ ਫੋਰ ਐਵਰੀਬਡੀ, ਤੁਸੀਂ ਕੀ ਕਰ ਸਕਦੇ ਐਸੋਸੀਏਸ਼ਨ ਵਾਸਤੇ, ਲੋਕਾਂ ਵਾਸਤੇ ਤੁਸੀਂ ਕੀ ਕਰ ਸਕਦੇ ਹੋਗੇ, ਆ ਕੇ ਤੁਸੀਂ ਉਹਦੇ ਮੈਂਬਰ ਬਣੋ। ਇਹਦੀ ਬੇਸਿਕ ਜੋ ਮੈਂਬਰਸ਼ਿਪ ਅਸੀਂ ਫੀਸ ਰੱਖੀ ਸੀ ਉਹ $500 ਰੱਖੀ, ਪਰ ਅਸੀਂ ਕਿਸੇ ਨੂੰ ਕਿਹਾ ਨਹੀਂ ਵੀ ਤੁਸੀਂ ਸਾਨੂੰ ਫੀਸ ਦਿਓ, ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਸਪੋਰਟ ਕਰ ਸਕਦੇ ਹੋ, ਪਲੀਜ਼ ਸਪੋਰਟ ਇਟ। ਕਈ ਹੈਗੇ ਆ ਜਿਨ੍ਹਾਂ ਨੇ 500-500 ਤੋਂ ਵੱਧ ਵੀ ਦਿੱਤਾ ਹੈਗਾ, ਬਿਕੋਜ਼ ਦੇ ਵਾਂਟ ਟੂ ਸਪੋਰਟ ਇਟ, ਪਰ ਅਸੀਂ ਕਿਸੇ ਨੂੰ ਕਿਹਾ ਨਹੀਂ ਵੀ ਤੁਹਾਨੂੰ ਯੂ ਹੈਵ ਟੂ ਗਿਵ ਇਟ, ਬਿਕਮ ਅ ਮੈਂਬਰ, ਸਪੋਰਟ ਕਰੋ, ਇਕੱਠੇ ਰਵਾਂਗੇ ਤਾਂ ਸਾਰੇ ਬੱਚੇ ਰਵਾਂਗੇ, ਇਕੱਲਾ ਇਕੱਲਾ ਆਈ ਡੋਂਟ ਕੱਲਾ ਥਿੰਕ ਸੋ ਕਿ ਕੱਲਾ ਆਪਾਂ ਸਰਵਾਈਵ ਕਰ ਸਕਦੇ। ਜੀ ਮਾਨ ਸਾਹਿਬ, ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਕਰੂੰਗਾ ਥੈਂਕ ਕਿ ਯੂ। ਤੁਸੀਂ ਜਿਹੜੀ ਇਨਫੋਰਮੇਸ਼ਨ ਲੈ ਕੇ ਆਏ ਆ, ਮੈਂ
ਇਹ ਜ਼ਰੂਰ ਇਸ ਗੱਲ ਦਾ ਧਿਆਨ ਰੱਖੋ ਕਿ ਆਪਾਂ ਨੂੰ ਜੇ ਇਕੱਠੇ ਹੋਵਾਂਗੇ ਤਾਂ 100-76 ਕਹਿੰਦੇ ਹੁੰਦੇ ਇੱਕ ਇੱਕ ਆਊਗਾ, ਜੇ ਨਹੀਂ ਇਕੱਲੇ ਇਕੱਲੇ ਰਵਾਂਗੇ ਤਾਂ ਇਕੱਲੇ ਇਕੱਲੇ ਹਿੱਸੇ 100-100 ਆਊਗਾ। ਇਹ ਹੁਣ ਦੇਖ ਲਓ, ਬਾਕੀ ਜੋ ਦੇਖ ਲਓ ਇੰਡੀਆ ਦੇ ਵਿੱਚ ਜੋ ਹੋਇਆ ਆਪਣੇ ਨਾਲ, ਉਹ ਵੀ ਹੋਊਗਾ। ਉੱਥੇ ਵੀ ਇਹ ਪ੍ਰੋਬਲਮ ਸੀ ਕਿ ਉਹ ਲੀਡਰਾਂ ਨੂੰ ਪਤਾ ਆ ਕਿ ਇਕੱਠੇ ਹੋ ਨਹੀਂ ਸਕਦੇ, ਔਰ ਜਿਹੜਾ ਪੁਰਾਣੀ ਕਹਾਵਤ ਆ ਪਾੜੋ ਅਤੇ ਰਾਜ ਕਰੋ ਵਾਲੀ ਗੱਲ ਆ। ਇੱਥੇ ਵੀ ਜੇ ਤੁਸੀਂ ਇਕੱਠੇ ਹੋਵੋਗੇ, ਜਿੰਨੇ ਵੀ ਟਰੱਕ ਵੀ ਡਰਾਈਵਰ ਆ ਉਹ ਕਿਸੇ ਕੰਟਰੀ ਤੋਂ ਆਏ ਹੋਣ, ਮੈਂ ਰੈਕਮੈਂਡ ਕਰੂੰਗਾ ਕਿ ਤੁਸੀਂ ਜ਼ਰੂਰ ਇਹ IDTA ਬਾਰੇ ਪਤਾ ਕਰੋ, ਔਰ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪਰਸਨਲੀ। ਮੇਰਾ ਪਰਸਨਲ ਨੰਬਰ ਮੈਂ ਹਰ ਵਾਰੀ ਦੱਸਦਾ, 317-557-5885, ਜਾਂ ਥਰੂ ਜਸ ਟੀ ਵੀ ਦੇ ਈਮੇਲ ਵੀ ਦੱਸਦਾ ਹਰ ਵੇਲੇ, ਉੱਥੇ ਵੀ ਈਮੇਲ ਮੈਨੂੰ ਭੇਜ ਸਕਦੇ ਹੋ। ਪਰਸਨਲ ਲੈਵਲ 'ਤੇ ਇੱਕ TV ਤੋਂ ਬਾਹਰ ਜਾ ਕੇ, ਜੇ ਕਹੀਏ ਸ਼ੋਅ ਤੋਂ ਬਾਹਰ ਜਾ ਕੇ, ਆਪਾਂ ਹਰ ਇੱਕ ਪੰਜਾਬੀ ਦੀ ਹੈਲਪ ਕਰਨ ਨੂੰ ਤਿਆਰ ਹਾਂ, ਲੇਕਿਨ ਹੈਲਪ ਤਾਂ ਕੀਤੀ ਜਾ ਸਕਦੀ ਜੇ ਤੁਸੀਂ ਐਫਰਟ ਕਰੋਗੇ, ਆਪਣੀ ਪ੍ਰੋਬਲਮ ਦੱਸੋਗੇ। ਫਿਰ ਪ੍ਰੋਬਲਮ ਉੱਥੇ ਆ ਗਈ ਕਿ ਜਿਹੜੀ ਸੂਈ ਆ ਉਹ ਬੰਦ ਨਹੀਂ ਹੁੰਦੀ, ਬ੍ਰੇਕ ਦਾ ਵੇਲਾ ਹੋ ਗਿਆ, ਚਲਦੀ 12-13 ਮਿੰਟ 15 ਲੰਘ ਜਾਂਦੇ, ਪਤਾ ਨਹੀਂ ਲੱਗਦਾ। ਦਿਓ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਮਹਾਨ ਸਾਹਿਬ ਨਾਲ ਕੁਛ ਹੋਰ ਗੱਲਾਂ ਨੇ ਜਿਹੜੀਆਂ ਟਰੈਕਿੰਗ ਬਾਰੇ ਕਰਾਂਗੇ। ਸਤਿ ਸ਼੍ਰੀ ਅਕਾਲ। ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਵਾਰੀ ਬ੍ਰੇਕ ਤੋਂ ਬਾਅਦ। ਆਪਾਂ ਫਿਰ ਆਪਣਾ ਗੱਲਬਾਤ ਉੱਥੇ ਖੜੀ ਆ ਕਿ ਟਰੈਕਿੰਗ ਬਾਰੇ ਕੁਛ ਗੱਲਾਂ ਕਰਾਂਗੇ, ਕੁਛ ਨੋਰਮਲ ਜ਼ਿੰਦਗੀ ਬਾਰੇ। ਇਹ ਸਿਲਸਿਲਾ ਇਹੀ ਆ, ਇਹ ਜਿਹੜਾ ਕਹਿੰਦਾ ਕਿ ਸਪੋਰਟ ਕਰੋ, ਉਹਦਾ ਕਹਿਣ ਦਾ ਮਤਲਬ ਮੇਰਾ ਇਹੀ ਹੁੰਦਾ ਕਿ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਹੈਲਪ ਦਿੰਦਾ ਜਾਂ ਤੁਹਾਡੀ ਕਮਿਊਨਿਟੀ ਨੂੰ ਜਾਂ ਕਿਸੇ ਤਰ੍ਹਾਂ ਦੀ ਹੈਲਪ ਤੁਹਾਨੂੰ ਦਿੰਦਾ, ਤੁਹਾਨੂੰ ਆਪਣਾ ਫਰਜ਼ ਬਣਦਾ ਕਿ ਆਪਾਂ ਉਸ ਚੀਜ਼ ਨੂੰ ਵੀ ਸਪੋਰਟ ਕਰੀਏ। ਜਿਸ ਤਰ੍ਹਾਂ ਦੱਸਿਆ ਆਪਾਂ ਨੂੰ ਅੱਗੇ ਗੱਲ ਕਰਦੇ ਸੀ IDTA ਦੀ, ਕਿ ਉਹ ਟਰੈਕਿੰਗ ਦੇ ਵਿੱਚ ਕਿੱਦਾਂ ਹੈਲਪ ਕਰੂਗੀ, ਜਿੰਨੀ ਕੁ ਮੈਨੂੰ ਸਮਝ ਆਈ। ਬਾਕੀ ਫਿਰ ਥੋੜ੍ਹੇ ਕੁਐਸਚਨ ਨੇ ਜਿਹੜੇ ਆਪਾਂ ਜ਼ਰੂਰ ਮਹਾਨ ਸਾਹਿਬ ਤੋਂ ਪੁੱਛਾਂਗੇ ਕਿ IDTA ਟਰੈਕਿੰਗ ਦੇ ਵਿੱਚ ਆਹ ਕੰਮ ਕਰ ਸਕਦੀ ਕਿ ਨਹੀਂ। ਮਹਾਨ ਸਾਹਿਬ, ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿਹੜਾ IDTA ਤੁਸੀਂ ਬਣਾਈ ਆ, ਜੇ ਤੁਸੀਂ ਜੁਆਇਨ ਕਰਦੇ ਆ ਇਹ ਜਿਹੜੀ ਆਪਣੇ ਐਸੋਸੀਏਸ਼ਨ ਆ, ਜੇ ਤੁਸੀਂ ਕਿਹਾ ਤੁਹਾਡੇ ਕੋਲ ਨਹੀਂ ਵੀ ਪੈਸੇ ਹੈਗੇ ਤਾਂ ਵੀ ਮੈਂਬਰ ਬਣ ਜਾਓ, ਇਹ ਬਿਲਕੁਲ ਸਹੀ ਆ। ਇਹ ਮੈਨੂੰ ਲੱਗਦਾ ਕਿ ਪਹਿਲੀ ਐਸੋਸੀਏਸ਼ਨ ਹੋਊਗੀ ਜਿਹੜੀ ਕਹਿੰਦੀ ਕਿ ਨਹੀਂ ਪੈਸੇ ਹੈਗੇ ਤਾਂ ਵੀ ਤੁਸੀਂ ਮੈਂਬਰ ਬਣੋ। ਫਿਰ ਵੀ ਕੋਈ ਪੰਜਾਬੀ ਮੈਂਬਰ ਨਾ ਬਣੇ, ਮੈਂ ਤਾਂ ਸਮਝੂੰਗਾ ਕਿ ਇਹ ਵੱਧ ਨਸੀਬੀ ਆ ਜਾਂ ਘੱਟ ਆ। ਤੁਸੀਂ ਮੈਂਬਰ ਬਣ ਕੇ ਤੁਹਾਡਾ ਸ਼ਿਪਰ ਦੀ ਇਨਫੋਰਮੇਸ਼ਨ ਦਿਓ, ਰਿਸੀਵਰ ਦੀ ਇਨਫੋਰਮੇਸ਼ਨ ਦਿਓ, ਜਾਂ ਕੋਈ ਡਰਾਈਵਰ ਵੀ ਆ ਜਿਹੜਾ ਤੁਹਾਨੂੰ ਖਰਾਬ ਕਰਕੇ ਗਿਆ, ਤੁਸੀਂ ਇਹਨਾਂ ਦੀ ਟਰੈਕਿੰਗ ਕੰਪਨੀ ਵੀ ਆ, ਇਹਨਾਂ ਤੋਂ ਇਨਫੋਰਮੇਸ਼ਨ ਲੈ ਵੀ ਸਕਦੇ ਹੋ ਕਿ ਮਾਨ ਸਾਹਿਬ ਸਾਨੂੰ ਆਹ ਜਿਹੜਾ ਡਰਾਈਵਰ ਆ ਇਹ ਖਰਾਬ ਕਰ ਰਿਹਾ, ਜਾਂ ਲੋਡ ਵਾਲੇ ਜਿਹੜਾ ਵੀ ਕੋਈ ਬੰਦਾ ਖਰਾਬ ਕਰ ਰਿਹਾ ਟਰੈਕਿੰਗ ਰਸਤੇ ਦੇ ਵਿੱਚ, ਤੁਸੀਂ ਇਹਨਾਂ ਨਾਲ ਮਿਲ ਕੇ ਬੜੀ ਇਨਫੋਰਮੇਸ਼ਨ ਇਹ ਤੁਹਾਨੂੰ ਦੇ ਸਕਦੇ ਨੇ। ਅਤੇ ਮਾਨ ਸਾਹਿਬ ਇੱਕ ਗੱਲ ਬਾਰੇ ਚਾਨਣਾ ਪਾਓ ਕਿ ਜਿਹੜੀ ਆ ਲੋਕ ਡਰਦੇ ਨੇ DOT ਤੋਂ ਅਤੇ ਜਾਂ ਲੋਗ ਬੁੱਕ ਤੋਂ, ਜਿਹੜੀ ਇਲੈਕਟ੍ਰੋਨਿਕ ਲੋਗ ਬੁੱਕ ਆ, ਉਹਦਾ ਕਿੰਨਾ ਕੁ ਡਰ ਆ, ਜਾਂ DOT ਕੀ ਕਹਿੰਦੀ ਆ ਤੁਹਾਨੂੰ ਉਹਦੇ ਬਾਰੇ? ਡਿਪਾਰਟਮੈਂਟ ਟਰਾਂਸਪੋਰਟੇਸ਼ਨ ਤਾਂ ਪਬਲਿਕ ਦੀ ਸੇਫਟੀ ਵਾਸਤੇ ਹੈ, ਠੀਕ ਹੈ ਜੀ। ਬੇਸ਼ੱਕ ਉਹ ਬੱਸ 'ਤੇ ਹੈ, ਬੇਸ਼ੱਕ ਕਾਰ 'ਤੇ, ਅਤੇ ਬੇਸ਼ੱਕ ਉਹ ਟਰੱਕ 'ਤੇ ਹੈ, ਡਜ਼ਨਟ ਮੈਟਰ। ਉਹ ਆਪਣੀ ਸੇਫਟੀ ਵਾਸਤੇ ਬਣਾਇਆ ਹੋਇਆ। ਜਿਹੜੇ ਲੋਕ ਉੱਥੇ ਬੈਠੇ ਉਹਨੂੰ ਰੈਗੂਲੇਟ ਕਰ ਰਹੇ ਹੈਗੇ ਜਾਂ ਉਹਦੀ ਟੇਕ ਕੇਅਰ ਕਰ ਰਹੇ ਆ, ਉਹ ਵੀ ਫੈਮਿਲੀ ਵਾਲੇ ਆਪਣੇ ਵਾਂਗੂ ਲੋਕ ਹੈਗੇ ਉਹ, ਠੀਕ ਹੈ ਜੀ। ਤਾਂ ਜੇ ਬੰਦਾ ਸਹੀ ਤਰੀਕੇ ਨਾਲ ਚੱਲਦਾ, ਆਪਾਂ ਨੂੰ ਪਤਾ ਵੀ ਆਪਣੇ ਟਰੱਕ 'ਚ ਮਕੈਨੀਕਲ ਇਸ਼ੂ ਹੈਗਾ ਹੈ, ਉਹਨੂੰ ਠੀਕ ਕਰਾਓ, ਉਹਨੂੰ ਕੰਪਲਾਈਂਸ ਲੈ ਕੇ ਉਹਨੂੰ ਚਲਾਓ, DOT ਕੁਛ ਨਹੀਂ ਕਹਿੰਦੀ। ਲੌਗ ਬੁੱਕ ਹੈਗੀ ਹੈਗੀਆਂ, ਬਹੁਤ ਕੰਪਨੀਆਂ ਹਜੇ ਵੀ ਹੈਗੀਆਂ ਜਿਹੜੇ ਕਿ ਦੋ ਦੋ IDs ਦੇ ਨਾਲ ਲੌਗ ਬੁੱਕ ਚਲਾ ਰਹੀਆਂ, ਡਰਾਈਵਰ ਚਲਾ ਰਹੇ ਹੈਗੇ। ਡਰਾਈਵਰ ਨੂੰ ਇਨਫੋਰਸ ਕੀਤਾ ਜਾਂਦਾ ਹੈ ਵੀ ਤੂੰ ਯਾਰ ਆਹ ਗੇੜਾ ਲਾ ਲਏਗਾ ਤਾਂ ਤੇਰੇ $200 ਹੋਰ ਵੱਧ ਜਾਣਗੇ। ਜਿਹੜੇ ਤਾਂ ਪੁਰਾਣੇ ਡਰਾਈਵਰ ਹੈਗੇ ਹੈਗੇ, ਠੀਕ ਹੈ, ਵੈਲ ਸੈਟਲ ਹੈ, ਟਾਈਮ ਜੋ ਹੈ, ਉਹ ਇਹ ਕੰਮ ਨਹੀਂ ਕਰਦੇ ਗੇ, ਸਮਝਦਾਰ ਡਰਾਈਵਰ ਜਿਹੜੇ ਹੈਗੇ। ਜਿਹੜੇ ਨਵੇਂ ਆਏ ਜਿਹੜੇ ਕਹਿੰਦੇ ਕੁਇਕ ਮਨੀ ਬਣਾਉਣਾ ਹੈਗਾ, ਉਹ ਇਹ ਕੰਮ ਕਰਦੇ ਹੈਗੇ, ਬਹੁਤ ਕੰਮ ਕਰਦੇ, ਹਜੇ ਵੀ ਕਰਦੇ ਹੈਗੇ। ਦੋ ਦੋ IDs ਬਣਾ ਕੇ ਜਿਹੜਾ ਕਿ 11 ਘੰਟੇ ਟਰੱਕ ਚਲਾਉਣਾ, ਉਹ 19-19 ਘੰਟੇ ਟਰੱਕ ਉਹ ਚਲਾ ਰਹੇ ਹੈਗੇ, ਰਾਈਟ। ਤੇ ਇਹਨੂੰ ਆਪਾਂ ਨੂੰ ਰੋਕਣਾ ਚਾਹੀਦਾ, ਇਹ ਗਲਤ ਹੈ। DOT ਉਹਨਾਂ ਨੂੰ, ਉਹਨਾਂ ਦੇ ਪਿੱਛੇ ਪਈ ਹੈ ਜਿਹੜੇ ਗਲਤ ਕੰਮ ਕਰਦੇ ਆ, ਨਾ ਕਿ ਉਹਨਾਂ ਜਿਹੜੇ ਸਹੀ ਕਰਦੇ ਹੈ। ਨਹੀਂ, ਜੇ ਸਾਰੇ ਗਲਤ ਕੰਮ ਕਰਦੇ ਹੁੰਦੇ ਤਾਂ ਕਿੱਡੀਆਂ ਕੰਪਨੀਆਂ ਉੱਚ ਲੈਵਲ ਤੇ ਪਹੁੰਚੀਆਂ, ਉਹ ਨਹੀਂ ਪਹੁੰਚਦੀਆਂ ਸੀਗੀਆਂ। ਇਹਦਾ ਬਹੁਤ ਅੱਛਾ ਐਗਜ਼ਾਮਪਲ ਹੁੰਦਾ ਹੈ ਵੀ ਇੱਕ ਆਪਣੇ ਹੁੰਦਾ ਵੀ ਯਾਰ ਹਰੇਕ ਸਾਲ ਆਪਾਂ ਨਵੀਂ ਕੰਪਨੀ ਬਣਾਉਣੀ ਹੈ। ਮੈਂ ਵੀ ਹਾਰਡਸ਼ਿਪ ਤੋਂ ਗਿਆ ਹੋਇਆ, ਮੇਰੀ ਸੇਫਟੀ, ਕੰਪਨੀ ਦਾ ਵੀ ਸੇਫਟੀ ਸਕੋਰ ਇੱਕ ਟਾਈਮ ਹਾਈ ਸੀਗਾ। ਮੈਨੂੰ ਵੀ ਕਿਸੇ ਨੇ ਸੁਜੈਸਟ ਕੀਤਾ ਵੀ ਇੱਕ ਹੋਰ ਕੰਪਨੀ ਖੋਲ ਲਓ, ਰਾਈਟ। ਫਿਰ ਕੋਈ ਹੋਰ ਮੈਨੂੰ ਸਮਝਦਾਰ ਬੰਦਾ ਮਿਲਿਆ, ਮੈਂ ਇੰਡਸਟਰੀ ਨਵਾਂ ਸੀ, ਉਹਨੇ ਮੈਨੂੰ ਇਹ ਗੱਲ ਕਿਹਾ ਵੀ ਵੀਰੇ ਜਿੰਨੀਆਂ ਮਰਜ਼ੀ ਕੰਪਨੀ ਖੋਲੀ ਚੱਲ, ਤੂੰ ਤਾਂ ਉਹੀ ਰਹੇਗਾ ਜਦ ਤੱਕ ਤੂੰ ਆਪਦੇ ਆਪ ਨੂੰ ਨਹੀਂ ਚੇਂਜ ਕਰਦਾ, ਸਿਸਟਮ ਨਹੀਂ ਚੇਂਜ ਕਰਦਾ, ਸਿਸਟਮ ਨੂੰ ਫੋਲੋ ਨਹੀਂ ਕਰਦਾ, ਇਹ ਪ੍ਰੋਬਲਮਸ ਰਹਿਣਗੀਆਂ। ਉਹਦੀ ਗੱਲ ਮੈਨੂੰ ਬਹੁਤ ਅੱਛੀ ਲੱਗੀ, ਰਾਈਟ। ਤੇ ਸਾਰੀ ਕੰਪਨੀ ਦਾ ਸਟਰਕਚਰ ਲਿਖਿਆ, ਪ੍ਰੋਪਰ ਤਰ੍ਹਾਂ ਤਰੀਕੇ ਨਾਲ ਉਹਨੂੰ ਚਲਾਉਣ ਲੱਗੇ, ਲਾਸ ਵੀ ਲਿੱਤੇ, ਪਰ ਆਈ ਹੈਵ ਓਨਲੀ ਵਨ ਕੰਪਨੀ, ਤੇ ਸਹੀ ਤਰੀਕੇ ਨਾਲ ਚੱਲ ਰਹੀ ਹੈ, ਤੇ ਕੋਈ ਵੀ ਕਰ ਸਕਦਾ ਇਹ।
ਪਰ ਇਹ ਮੈਂਟੈਲਿਟੀ ਚੇਂਜ ਕਰਨੀ, ਕਿਉਂਕਿ ਮੈਂ ਕੁਇਕ ਮਨੀ ਬਣਾਉਣਾ ਹੈਗਾ, ਠੀਕ ਹੈ, ਕੁਇਕ ਮਨੀ ਬਣ ਜੂਗਾ, ਪਰ ਤੁਸੀਂ ਥੋੜ੍ਹੀ ਦੂਰ ਤੀਕਰ ਜਾਓਗੇ, ਜੀ, ਥੋੜ੍ਹਾ ਖਾ ਲਓ ਪਰ ਲੰਬੇ ਚਲੇ ਜਾਓਗੇ। ਲੰਬੇ ਚਲੇ ਜਾਓ ਤਾਂ ਇਹ ਮੈਂਟੈਲਿਟੀ ਨੂੰ ਚੇਂਜ ਕਰਨਾ ਪੈਣਾ, ਹੋਰ ਕੁਛ ਨਹੀਂ। ਡਿਊਟੀ ਕਿਸੇ ਨੂੰ ਕੁਛ ਨਹੀਂ ਕਹਿੰਦੀ, ਲੌਗ ਬੁੱਕ ਆਪਣੇ ਆਪ ਨਹੀਂ ਚੇਂਜ ਹੁੰਦੀ, ਉਹ ਲੋਕ ਚੇਂਜ ਕਰਦੇ ਆ ਤਾਂ ਚੇਂਜ ਹੁੰਦੀ ਹੈ ਜੀ, ਜੀ ਜੀ ਇਹ ਚੀਜ਼ ਹੈ ਜੀ ਮੈਂ ਵੀ ਟਰੈਕਿੰਗ ਕੀਤੀ ਹੈ, ਤੁਹਾਨੂੰ ਪਤਾ ਹੀ ਇਸ ਗੱਲ ਜੀ। ਦਾ। ਆਫਕੋਰਸ ਹੈ ਟਰੈਕਿੰਗ ਦੇ ਵਿੱਚ ਇਹ ਨਹੀਂ ਹੈ ਕਿ ਡਿਊਟੀ ਤੁਹਾਨੂੰ ਖਾ ਲੂਗੀ ਜਾਂ ਲੌਗ ਬੁੱਕ ਖਾ ਲੂਗੀ। ਜਿਹੜਾ ਮਹਾਨ ਸਾਹਿਬ ਨੇ ਦੱਸਿਆ ਕਿ ਜੇ ਤੁਸੀਂ ਲੰਬਾ ਸਮਾਂ ਰਹਿਣਾ, ਹੁਣ ਤੁਹਾਡੀ ਪੁਰਾਣੀ ਕੰਪਨੀ, ਮੈਂ ਕਿਹਾ 10 ਸਾਲ ਤੋਂ ਪੁਰਾਣੀ ਕੰਪਨੀ ਆ ਉਹ, ਜੇ ਤੁਸੀਂ ਉਸੇ ਕੰਪਨੀ 'ਚ ਕੰਮ ਕਰਦੇ ਆ, ਉਹੀ ਕੰਪਨੀ ਰੱਖਦੇ ਆ, ਡਿਊਟੀ ਦੇ ਰੂਲ ਫਾਲੋ ਕਰਦੇ ਆ, ਅਤੇ ਤੁਸੀਂ ਲੰਬਾ ਸਮਾਂ ਚੱਲਣਾ ਅਤੇ ਤੁਹਾਨੂੰ ਲੀਗਲ ਰਹਿਣਾ ਪੈਣਾ। ਜੀ ਉਹ ਹਾਂ ਦੂਸਰਾ ਇਹ ਆ ਵੀ ਤੁਸੀਂ ਜਿਹੜੀ ਇੱਕ ਪੰਜਾਬੀ ਦੀ ਕਹਾਵਤ ਆ ਕਿ ਲੰਬੀ ਰੇਸ ਦੇ ਘੋੜੇ ਬਣਨਾ, ਅਤੇ ਤੁਹਾਨੂੰ ਪਤਾ ਇਹ ਚੇਤੇ ਰੱਖਣਾ ਪੈਣਾ ਕਿ ਅਸੀਂ ਦੌੜਨ ਦੀ ਜਿਹੜੀ ਰੇਸ ਆ ਉਹ ਕਿੰਨੀ ਰੱਖਣੀ ਆ। ਜੇ ਤੁਸੀਂ 100 ਮੀਲ ਦੌੜਨਾ ਹੋਵੇ ਤਾਂ ਤੁਹਾਨੂੰ ਜਿਹੜੀ ਦੌੜਨ ਦੀ ਰੇਸ ਆ ਉਹ ਬੈਲੈਂਸ ਕਰਨੀ ਜ਼ਰੂਰੀ ਆ। ਇੱਥੇ ਮਤਲਬ ਇਹੀ ਆ ਕਿ ਜੇ ਤੁਸੀਂ ਲੰਬਾ ਸਮਾਂ ਟਰੈਕਿੰਗ ਕੰਪਨੀ ਚਲਾਉਣੀ ਆ, ਤਾਂ ਤੁਹਾਨੂੰ ਜੋ ਮਹਾਨ ਸਾਹਿਬ ਨੇ ਕਿਹਾ ਕਿ ਲੀਗਲ ਹੋ ਕੇ ਚੱਲੋ। ਲੀਗਲ ਦਾ ਮਤਲਬ ਜੇ ਤੁਹਾਨੂੰ ਨਹੀਂ ਪਤਾ ਕਿਸੇ ਭੈਣ ਭਰਾ ਤੋਂ, ਕਿਸੇ ਪੰਜਾਬੀ ਬੰਦੇ ਤੋਂ ਜਿਹੜੇ ਬਹੁਤ ਭਰੇ ਹੋਏ ਨੇ ਇੱਥੇ ਇਨਫੋਰਮੇਸ਼ਨ ਦੇ ਨਾਲ, ਉਹਨਾਂ ਤੋਂ ਪੁੱਛ ਲਓ, ਇਨਫੋਰਮੇਸ਼ਨ ਲਓ, ਲੀਗਲ ਰਹੋ, ਉਹ ਤਾਂ ਹੀ ਤੁਸੀਂ ਲੰਬਾ ਸਮਾਂ ਚੱਲੋਗੇ। ਜਿਹੜੀ ਮਹਾਨ ਸਾਹਿਬ ਤੁਸੀਂ ਇਹ ਦੂਜੀ ਗੱਲ ਕਹੀ ਆ ਕਿ ਕੰਪਨੀ ਹਰ ਸਾਲ ਬੁਲਾ ਲੈਣੀ ਜਾਂ ਹਰ ਸਾਲ ਕੋਈ ਨਵਾਂ ਨਾਂ ਲੈ ਕੇ ਆਉਣਾ, ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਹਲੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ। ਮੈਂ ਡਿਗਿੰਗ ਕੀਤੀ ਸੀ ਇਸ ਬਾਰੇ, ਤੁਸੀਂ ਵੀ ਚਾਨਣਾ ਪਾਇਓ ਕਿ ਤੁਹਾਡਾ ਜਿਹੜਾ ਬਾਰ ਬਾਰ ਸੋਸ਼ਲ ਸਿਕਿਉਰਿਟੀ ਡੇਟ ਆਫ ਬਰਥ ਨਾਂ ਉਹ ਡੀਓਟੀ ਦੇ ਕੋਲ ਜਾਂਦਾ ਕਿ ਨਹੀਂ ਜਾਂਦਾ। ਜੀ ਜਾਂਦਾ ਹੈ। ਹੁਣ ਜਿਹੜਾ ਟੈਕਨੋਲੋਜੀ ਹੈ ਉਹ ਬਹੁਤ ਚੇਂਜ ਹੋ ਚੁੱਕੀ, ਕਿਉਂਕਿ ਮੈਂ ਆਪ ਸਕੇਲ ਹਾਊਸਿਸ ਤੇ ਜਾਂਦਾ ਹੈਗਾ, ਇੰਸਪੈਕਟ ਕਰਦਾ ਹੈਗਾ, ਉਹਨਾਂ ਸਿਸਟਮ ਦੇਖਦਾ, ਉਹਨਾਂ ਚੀਜ਼ਾਂ ਸਿੱਖਦਾ ਹੈਗਾ ਜੀ ਆਫਿਸਰਸ ਨੂੰ, ਠੀਕ ਹੈ ਜੀ। ਤਾਂ ਜਦੋਂ ਵੀ ਤੁਸੀਂ ਕੰਪਨੀ ਇੱਕ ਬੰਦ ਕਰਤੀ, ਤੁਸੀਂ ਉਹ ਚੱਕ ਕੇ ਦੂਜੀ ਕੰਪਨੀ ਆਪ ਖੋਲ ਲੈਂਦੇ ਹੋ। ਈਵਨ ਦੋ ਤੁਸੀਂ ਕਹਿੰਦੇ ਹੋ ਤੁਸੀਂ ਆਪਦੀ ਵਾਈਫ ਦੇ ਨਾਮ ਤੇ ਖੋਲ ਦਿੰਦੇ ਹੋ ਜਾਂ ਆਪਦੇ ਕਜ਼ਨ ਦੇ ਨਾਮ ਤੇ ਖੋਲ ਦਿੰਦੇ ਹੋ, ਜਿਨ੍ਹਾਂ ਦੇ ਟਰੱਕਾਂ ਦੇ ਵਿਨ ਨੰਬਰ ਹੋਣਗੇ ਉਹਦੇ ਜਾਂਦੇ ਆ, ਜਦੋਂ ਡਰਾਈਵਰਾਂ ਦੇ ਨਾਮ ਜਾਂਦੇ ਆ, ਸੋਸ਼ਲ ਸਿਕਿਉਰਿਟੀ ਉਹਨਾਂ ਲਾਇਸੈਂਸ ਜਦੋਂ ਜਾਂਦੇ ਆ, ਉਹ ਚੀਜ਼ਾਂ ਨੂੰ ਇਕੱਠੇ ਕਰ ਦਿੰਦੇ ਆ, ਉਹ ਐਡਰੈਸ ਨੂੰ ਪਿੱਛੇ ਸਾਰੇ ਮੈਚ ਕਰਦੇ ਆਗੇ, ਠੀਕ ਹੈ ਜੀ। ਤੁਸੀਂ ਆਪਦੇ ਆਪ ਨੂੰ ਉਹ ਤੁਹਾਨੂੰ ਉਦੋਂ ਹੀ ਫਲੈਗ ਕਰ ਦਿੰਦੇ ਆ, ਤੁਸੀਂ ਇੱਕ ਵਾਰ ਚਲਾਤੀ ਸ਼ੁਰੂ ਕਰਤੀ ਸਮਝਦੇ ਆਗੇ, ਪਰ ਹੁਣ ਟਾਈਮ ਚਲਾ ਗਿਆ। ਇਹ ਜਿਹੜੀ ਚੀਜ਼ ਦੀ ਇੰਪਲੀਕੇਸ਼ਨ ਹੋਣੀ ਸੀਗੀ 2019 ਸ਼ੁਰੂ ਹੋ ਜਾਣੀ ਸੀਗੀ, ਸਿਸਟਮ ਉਹਨਾਂ ਕੋਲ ਹੈਗਾ ਹੈਗਾ, ਠੀਕ ਹੈ ਜੀ। ਕਰੋਨਾ ਦੀ ਵਜ੍ਹਾ ਨਾਲ ਜਦੋਂ ਉੱਥੋਂ ਰੀਸੈਸ਼ਨ ਸ਼ੁਰੂ ਹੋ ਗਿਆ ਸੀ, 19 ਤੇ 20 ਟੱਪ ਗਿਆ, 2021 ਚੇਂਜ ਹੋ ਗਿਆ। ਹੁਣ ਡੀਓਟੀ ਜਿੰਨੇ ਵੀ ਫਲੈਗ ਕੀਤੇ ਹੋ, ਜਿਨ੍ਹਾਂ ਕੋਲ ਵੀ ਉਹ ਲੌਗ ਬੁੱਕਸ ਹੈਗੀਆਂ, ਜਿਨ੍ਹਾਂ 'ਚ ਉਹ ਫੜੇ ਗਏ ਲੌਗ ਨੂੰ ਲੌਗ ਬੁੱਕਸ ਨਾਲ ਟੈਂਪਰ ਕਰਦੇ ਹੋਏ, ਬੇਸਿਕਲੀ ਜਿਹੜੀਆਂ ਸੀਗੀਆਂ ਫੋਨ ਬੇਸ ਸੀਗੀਆਂ ਜਾਂ ਟੈਬ ਬੇਸ ਸੀਗੀਆਂ, ECM ਨਾਲ ਨਹੀਂ ਕਨੈਕਟਡ ਸੀਗੀਆਂ, ਉਹ ਸਾਰੇ ਕੰਪਨੀਆਂ ਦੇ ਮਗਰ ਡੀਓਟੀ ਜਾਊਗੀ, ਕਿਉਂਕਿ ਉਹ ਜਿਹੜੀਆਂ ਕੰਪਨੀਆਂ ਹੈ ਉਹ ਜਿਹੜੀਆਂ ਦੂਜੀਆਂ ਸਹੀ ਕੰਪਨੀਆਂ ਉਹਨਾਂ ਨੂੰ ਵੀ ਖਰਾਬ ਕਰ ਰਹੀਆਂ, ਕਿਉਂਕਿ ਉਹ ਕੰਪਨੀ ਮੰਨ ਲਓ ਜਿਹੜਾ ਸਹੀ ਨਹੀਂ ਚਲਾ ਰਿਹਾ, ਉਹ ਕਹਿੰਦਾ ਜੀ ਮੇਰਾ ਡਰਾਈਵਰ ਤਾਂ 2020 ਦਾ ਬਣਾਉਂਦਾ ਹੈਗਾ, ਠੀਕ ਹੈ, ਜਿਹੜਾ ਸਹੀ ਤਰੀਕੇ ਨਾਲ ਚਲਾਉਂਦਾ ਉਹਦਾ ਡਰਾਈਵਰ 1600 ਬਣਾਉਂਦਾ ਹੈਗਾ, ਤੇ ਜਿਹੜਾ ਸਹੀ ਕੰਪਨੀ ਵਾਲਾ ਹੈਗਾ ਉਹਦਾ ਡਰਾਈਵਰ ਭਾਈਦਾ, ਉਹ ਕਹਿੰਦਾ ਜੀ ਮੈਂ ਤਾਂ ਉਹ ਕੰਪਨੀ 'ਚ ਕੰਮ ਕਰੂੰਗਾ, ਮੈਂ ਕੀ ਲੈਣਾ ਹੈਗਾ ਲੌਗ ਬੁੱਕ ਜੇ ਮਰਜ਼ੀ ਚਲਾਈ ਜਾਣ, ਡਰਾਈਵਰ ਉਸ ਤਰੀਕੇ ਨਾਲ ਨਹੀਂ ਸੋਚਦਾ ਕਿ ਤੁਹਾਡੇ ਰੈਕਟ 'ਤੇ ਵੀ ਜਾਊਗਾ, ਉਸ ਦੇ ਕੰਪਨੀ ਨੂੰ ਜਾਓ ਜੋ ਕੁਛ, ਇਨਫੈਕਟ ਡਰਾਈਵਰ ਦੇ ਰੈਕਟ ਤੇ ਵੀ ਜਾਂਦਾ, ਜੋ ਤਿੰਨ ਦੋ ਤਿੰਨ ਵਾਰ ਵਾਇਸ ਵਾਇਲੇਸ਼ਨਸ ਹੁੰਦੀ ਆ ਉਦੋਂ ਪਤਾ ਲੱਗਦਾ ਉਹਨੂੰ, ਬਾਈ ਦਾ ਟਾਈਮ ਇਜ਼ ਟੂ ਲੇਟ। ਟੂ ਗੇਟ ਜੀ ਸੋ ਕੰਮ ਕਰੋ ਸਹੀ ਤਰੀਕੇ ਨਾਲ ਕਰੋ, ਆਈ ਵੁੱਡ ਸੁਜੈਸਟ ਐਵਰੀਬਡੀ ਦ ਸੇਮ ਵੇ। ਜੀ ਇਹ ਜਿਹੜੇ ਬਾਕੀ ਦੂਜਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੋ ਗਈ ਜਿਹੜਾ ਕਾਫੀ ਦੇਖਣ ਵਿੱਚ ਹੁਣ ਵੀ ਆਇਆ ਜਾਂ ਪਿੱਛੇ ਵੀ ਇਹ ਹਾਲ ਸੀ ਕਿ ਜਦੋਂ ਅਸੀਂ ਪੰਜਾਬੀ ਹੋ ਕੇ ਇੱਕ ਦੂਜੇ ਡਰਾਈਵਰ ਨੂੰ ਵੱਧ ਪੈਸੇ ਆਫਰ ਕਰ ਦਿੰਦੇ ਹਾਂ ਅਤੇ ਫਿਰ ਆਪਾਂ ਗਲਤ ਕੰਮ ਕਰਦੇ ਹਾਂ, ਉਹਦੇ ਨਾਲ ਕਿੰਨਾ ਕੁ ਜ਼ਿਆਦਾ ਪੈਸਾ ਬਣ ਜਾਂਦਾ? ਆਣਦਾ ਤਾਂ ਕਾਹਤੋਂ ਹੈ ਜੀ, ਸਹੀ ਗੱਲ ਦੱਸਾਂ ਤਾਂ ਇਹ ਤਾਂ ਸੋਚ ਹੁੰਦੀ ਹੈ, ਜੀ ਰਾਈਟ, ਉਹੀ ਗੱਲ ਆ ਜਾਂਦੀ ਗਰੁੱਪ ਮਨੀ, ਤੁਸੀਂ ਇੱਕ ਵਾਰ ਬਣਾ ਲਓਗੇ ਅਲਟੀਮੇਟਲੀ ਤੁਸੀਂ ਗਲਤ ਕੰਮ ਕੋਈ ਵੀ ਕਰੋਗੇ ਲਾਈਫ ਦੇ ਵਿੱਚ, ਮੈਂ ਨਹੀਂ ਕਹਿ ਰਿਹਾ ਵੀ ਟਰੱਕਿੰਗ ਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ ਲਾਈਫ ਦੇ ਵਿੱਚ ਜੀ ਗਲਤ ਕੰਮ ਕਰੋਗੇ, ਉਹਨੇ ਆ ਕੇ ਤੁਹਾਨੂੰ ਅਲਟੀਮੇਟਲੀ ਨੁਕਸਾਨ ਕਰਨਾ ਹੀ ਕਰਨਾ ਹੈਗਾ, ਜੀ ਵੈਰੀ ਸਿੰਪਲ ਥਿੰਗ। ਤੁਸੀਂ ਮੰਨੋਗੇ ਨਾ, ਆਈ ਵਾਸ ਸਰਪ੍ਰਾਈਜ਼ਡ ਟੂ ਸੀ ਕਿ ਸਕੇਲ ਹਾਊਸ ਤੇ ਸੀ, ਉਹਨਾਂ ਨੇ ਇੱਕ ਟਰੱਕ ਕੱਢ ਲਿਆ ਵੀ ਇਹ ਟਰੱਕ ਦਾ ਟਾਇਰ ਪੰਚਰ ਹੈਗਾ ਜੀ ਸਕੇਲ ਹਾਊਸ ਤੇ, ਤੁਸੀਂ ਇਹ ਦੇਖ ਲਓ ਵੀ ਉਹ ਜਦੋਂ ਪਹਿਲੀ ਵਾਰ ਉੱਤੇ ਲਿਖਿਆ ਹੁੰਦਾ ਹੈਗਾ ਆਲ ਸਕੇਲਸ ਪੁੱਲ ਇਨ, ਲਾਈਟਾਂ ਹੁੰਦੀਆਂ ਨਾ ਤੇ ਜੀ ਰੈਡ ਗ੍ਰੀਨ ਜੀ ਹੁੰਦੀ ਹੈ, ਤਾਂ ਉਹ ਆਈ ਬਿਲੀਵ ਸੇ ਲੀਸਟ ਅਰਾਊਂਡ 2 ਬਲੋਕਸ ਪਿੱਛੇ ਹੁੰਦਾ ਹੈਗਾ, ਜੀ ਠੀਕ ਹੈ। ਉਹਨੇ ਬੰਦੇ ਨੇ ਹੁਣੇ ਕਿਵੇਂ ਦੱਸਤਾ ਵੀ ਉਹਦਾ ਟਾਇਰ ਫਲੈਟ ਹੈ, ਉਹਨਾਂ ਨੇ ਸੈਂਸਰ ਲਾਏ ਹੁੰਦੇ ਹੈ, ਜੀ ਰਾਈਟ, ਇਹ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹਨਾਂ ਨੇ, ਜੀ ਹੁਣ ਆਲਮੋਸਟ ਸਾਰੀਆਂ ਸਕੇਲਸ ਤੇ ਲੱਗ ਗਏ, ਤੇ ਉਹ ਸੈਂਸਰ ਵੇਟ ਚੈੱਕ ਕਰਕੇ ਜੀ ਦੱਸ ਦੂਆ ਵੀ ਆਹ ਜਿਹੜਾ ਟਾਇਰ ਸੀਗਾ ਇਹਦੇ ਤੇ
ਇੰਨਾ ਘੱਟ ਪ੍ਰੈਸ਼ਰ ਪਿਆ ਜੀ ਸੈਂਸਰ ਦੇ ਉੱਤੇ, ਤੇ ਅੰਦਰ ਬੈਠੇ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਟਾਇਰ ਫਲੈਟ ਹੈਗਾ। ਜੀ ਉਹਨਾਂ ਨੇ ਇਹ ਵੀ ਲਾਇਆ ਹੋਇਆ ਵੀ ਜਿਹੜਾ ਗੈਪ ਹੁੰਦਾ ਟ੍ਰੇਲਰ ਦੇ ਪਿੱਛੇ, ਟ੍ਰੇਲਰ ਦੇ ਵਿੱਚ ਤੇ ਟਰੱਕ ਦੇ ਵਿੱਚ, ਜਦੋਂ ਜੀ ਹੁੱਕਅਪ ਕੀਤਾ ਜਿਹਦੇ ਵਿੱਚ ਗੈਪ ਹੁੰਦਾ ਜਿਹੜਾ ਕੈਟਵਾਕ ਦਾ, ਜੀ ਜੀ ਜੇ ਉਹਦੇ 'ਤੇ ਕੋਈ ਬੈਠਾ ਹੈ ਤਾਂ ਸੈਂਸਰ ਨੇ ਉਹ ਵੀ ਦੱਸ ਦੇਣਾ ਰਾਡਾਰ ਨੇ ਵੀ ਵਿੱਚ ਕੋਈ ਹੈ ਗਿਆ ਉਹਦੇ। ਬਿਲਕੁਲ ਹੈਗਾ ਕਈ ਵਾਰ ਟਾਇਰ ਵੀ ਛੱਡ ਦਿੰਦੇ ਆ, ਲੂਜ਼ ਵੀ ਹੁੰਦੇ ਆ, ਜੀ ਰਾਈਟ। ਉਹ ਸਾਰੀ ਚੀਜ਼ਾਂ ਇੰਨੇ, ਇਹਨਾਂ ਕੋਲ ਇੰਨੀ ਸਮਾਰਟ ਟੈਕਨੋਲੋਜੀ ਆ ਗਈ। ਇਨਫੈਕਟ ਇੱਕ ਹੋਰ ਹੁਣ ਜਿਹੜਾ ਕਿ ਸ਼ੁਰੂ ਹੋ ਗਿਆ ਕਿ ਜਿਹੜਾ ਟਰੱਕ ਪਾਸ ਕਰੂ ਨਾ, ਉਹਦੇ ਵਿੱਚ ਲੌਗ ਬੁੱਕ ਵੀ ਉਹ ਦੇਖ ਲੈਣਗੇ ਕਿ ਇਹ ਡਰਾਈਵਰ ਹੈ, ਉਹਦਾ ਰੈਕਡ ਡਰਾਈਵਰ ਦਾ ਸਾਰਾ ਪੁੱਲ ਹੋ ਜੂ, ਕੰਪਨੀ ਦਾ ਪੁੱਲ ਹੋ ਜੂ, ਤੇ ਉਹਦੀ ਲੌਗ ਬੁੱਕ ਵੀ ਹੋ ਜੂਗੀ। ਜਿਵੇਂ ਬੇਸਿਕਲੀ ਓਮਨੀ ਟ੍ਰੈਕ ਪੀਪਲਸ ਨੈਟ, ਇਹਨਾਂ ਦੇ ਆਲਰੇਡੀ ਇੰਟੀਗ੍ਰੇਸ਼ਨ ਸ਼ੁਰੂ ਹੋ ਗਈ। ਜੀ ਦੇ ਆਰ ਲੇਕਿਨ ਦੇ ਗੋਇੰਗ ਰੀਲੀ ਐਡਵਾਂਸ ਇਨ। ਜੀ, ਜਿਹੜੀ ਟੈਕਨੋਲੋਜੀ ਆ ਹੁਣ ਨਵਾਂ ਜ਼ਮਾਨਾ ਆ ਗਿਆ, ਹਾਂਜੀ ਇਹੀ ਪ੍ਰੋਬਲਮ ਆ। ਜੇ ਆਪਾਂ ਥੋੜ੍ਹਾ ਜਿਹਾ ਫਿਰ ਗੱਲ ਮੈਂ ਆਊਟ ਆਫ ਦਾ ਵੇ ਜਾ ਕੇ ਕਰਨੀ ਚਾਹੁੰਦਾ ਕਿ ਜਿਹੜੇ ਇੰਡੀਆ ਦੇ ਮੰਤਰੀ ਆ ਉਹ ਇਹ ਡਰਦੇ ਹੋਏ ਟੈਕਨੋਲੋਜੀ ਤੋਂ ਉਹ ਪੜ੍ਹੇ ਲਿਖੇ ਬੰਦਿਆਂ ਨੂੰ ਮੂਹਰੇ ਨਹੀਂ ਆਉਣਾ ਦੇਣਾ ਚਾਹੁੰਦੇ, ਕਿਉਂਕਿ ਜਦੋਂ ਪੜ੍ਹਿਆ ਲਿਖਿਆ ਬੰਦਾ ਆਊਗਾ, ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਕਿ ਉਹਨਾਂ ਨੇ ਇਹ ਵੀ ਕਰਤਾ ਕਿ ਤੁਹਾਡੀ ਲੌਗ ਬੁੱਕ ਬੈਠੇ ਬਿਠਾਏ ਦੇਖ ਲੈਣਗੇ, ਜੀ ਹਾਂ। ਫਿਰ ਤੁਸੀਂ ਹੋਰ ਮੈਂ ਕਹੂੰਗਾ ਕਿ ਇਹਨੂੰ ਲੁਕਾਉਣ ਦੀ ਬਜਾਏ ਤੁਸੀਂ ਸਿੱਧੇ ਰਸਤੇ ਫੜ ਲਓ, ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਆਪ ਨੂੰ ਪਹਿਲਾਂ ਚੇਂਜ ਕਰ ਲਓ। ਤੁਸੀਂ ਜ਼ਿਆਦਾ ਪੈਸਾ ਬਣਾ ਵੀ ਲਿਆ, ਲੇਕਿਨ ਉਹ ਤੁਹਾਡੇ ਕੋਲ ਟਿਕਿਆ ਨਹੀਂ ਰਹਿਣਾ, ਜ਼ਿਆਦਾ ਪੈਸੇ ਕਰਕੇ ਤੁਹਾਡਾ ਐਕਸੀਡੈਂਟ ਹੋ ਜਾਣਾ, ਜਾਂ ਟਰੱਕ ਦਾ ਟਾਇਰ ਪਾੜ ਦੇਣਾ, ਜਾਂ ਤੁਸੀਂ ਅਣਜਾਣੇ ਦੇ ਵਿੱਚ ਕਿਤੇ ਕੋਈ ਦੂਜੇ ਦਾ ਨੁਕਸਾਨ ਕਰ ਲੈਣਾ ਜਾਂ ਆਪਣਾ ਕਰ ਲੈਣਾ। ਪੈਸੇ ਤੁਸੀਂ ਜਿੰਨੇ ਬਣਾਏ ਆ, ਸਾਲ ਦੀ ਐਵਰੇਜ ਜਿਹੜੀ ਆ ਉਹ ਉਨੀ ਰਹਿਣੀ ਆ, ਅਤੇ ਉਹਦੇ ਕਰਕੇ ਮੈਂ ਕਹੂੰਗਾ ਕਿ ਤੁਸੀਂ ਜ਼ਰੂਰ ਜੋ ਮਹਾਨ ਸਾਹਿਬ ਸਾਨੂੰ ਦੱਸ ਰਿਹਾ ਕਿ ਲੀਗਲ ਕੰਮ ਕਰ ਲਓ, ਆਪਣੇ ਆਪ ਨੂੰ ਬਦਲ ਲਓ। ਜਦੋਂ ਆਪਣੇ ਆਪ ਨੂੰ ਬਦਲਾਂਗੇ, ਮੁੜ ਕੇ ਗੱਲ ਉੱਥੇ ਆ ਗਈ ਕਿ ਜੋ ਸਾਡੇ ਕੋਲ ਹੋਊਗਾ ਅਸੀਂ ਉਹੀ ਵੰਡਾਂਗੇ। ਜੇ ਸਾਡੇ ਕੋਲ ਕੁਛ ਨਹੀਂ ਤਾਂ ਅਸੀਂ ਵੰਡ ਵੀ ਕੁਛ ਨਹੀਂ ਸਕਦੇ। ਸਿਰਫ ਵਾਪਸ ਗੱਲ ਉੱਥੇ ਆ ਜਾਣੀ ਹੈ ਕਿ ਜੀਰੋ ਤੋਂ ਸ਼ੁਰੂ ਕੀਤਾ, ਜੀਰੋ 'ਤੇ ਫਿਰ ਆ ਗਏ। ਡਰਾਈਵਰੀ ਤੋਂ ਸ਼ੁਰੂ ਕੀਤਾ ਸੀ, ਦੋ 5 ਸਾਲਾਂ ਬਾਅਦ 10 ਟਰੱਕ ਕੀਤੇ, ਉਸ ਤੋਂ ਬਾਅਦ ਫਿਰ ਜੀਰੋ 'ਤੇ ਡਰਾਈਵਰੀ 'ਤੇ ਫਿਰ ਆ ਜਾਣਾ, ਕਿਉਂਕਿ DOT ਨੇ ਵਾਰ ਵਾਰ ਫੜ ਕੇ ਤੁਹਾਡੇ ਜਿੱਥੇ ਤੱਕ ਭੋਜੋਗੇ ਕੰਪਿਊਟਰ ਦੇ ਪਾਈ ਜਾਣਾ, ਕਿੰਨਾ ਕੁ ਚਿਰ ਕਿੰਨੇ ਨਾਂ ਬਦਲੂਗੇ ਔਰ ਕਿੰਨਾ ਕੁ ਤੁਸੀਂ ਕਿੰਨੀਆਂ ਕੰਪਨੀਆਂ ਬਣਾ ਲਉਂਗੇ। ਔਰ ਟਰੱਕ ਦਾ ਬਿਨ ਨੰਬਰ, ਟ੍ਰੇਲਰ ਦਾ ਬਿਨ ਨੰਬਰ ਉਹ ਚੇਂਜ ਨਹੀਂ ਹੋ ਸਕਦਾ, ਜਿੰਨੀ ਮਰਜ਼ੀ ਜ਼ੋਰ ਲਾ ਲਓ। ਅਤੇ ਇਸੇ ਤਰ੍ਹਾਂ ਜਿਹੜੀ ਸੂਈ ਆ ਉਹ ਵੀ ਚੇਂਜ ਨਹੀਂ ਹੁੰਦੀ, ਉਹ ਫਿਰ ਟਾਈਮ ਹੋ ਗਿਆ। ਇੱਕ ਬ੍ਰੇਕ ਦਿਓ, ਇਸ ਟਾਈਮ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਹੋਰ ਥੋੜ੍ਹੇ ਜਿਹੇ ਜਿਹੜੇ ਟਰੈਕਿੰਗ ਬਾਰੇ ਪੁੱਛਾਂਗੇ ਮਾਨ ਸਾਹਿਬ ਤੋਂ। ਮਿਲਦੇ ਬ੍ਰੇਕ ਤੋਂ ਬਾਅਦ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਫਿਰ। ਮਾਨ ਸਾਹਿਬ ਨਾਲ ਗੱਲਾਂ ਕਰਦੇ ਪਏ ਸੀ, ਲੇਕਿਨ ਫਿਰ ਆਪਾਂ ਉੱਥੋਂ ਆਵਾਂਗੇ ਵਾਪਸ ਟਰੱਕਾਂ 'ਤੇ ਕਿ ਜਿਹੜੀਆਂ ਪ੍ਰੋਬਲਮਾਂ ਸਾਨੂੰ ਆ ਰਹੀਆਂ ਉਹ ਨਾ ਆਉਣ। ਅੱਜ ਇੱਕ ਬੜੀ ਵੱਡੀ ਇਨਫੋਰਮੇਸ਼ਨ ਹੈ ਜਿਹੜੀ ਇਹ ਲੈ ਕੇ ਆਏ ਨੇ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਜਿਹੜੀ ਨੇ IDTA ਐਸੋਸੀਏਸ਼ਨ ਖੋਲ੍ਹੀ ਸੀ ਉਹਦੇ ਬਾਰੇ ਗੱਲ ਕਰਾਂਗੇ। ਮਾਨ ਸਾਹਿਬ, ਇੱਕ ਤਾਂ ਜਿਹੜੀ IDTA ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਕਿ ਇਹਦੀਆਂ ਜਿਹੜੀਆਂ ਹੈਲਪ ਨੇ ਉਹ ਕਿੰਨੀਆਂ ਹੋ ਸਕਦੀਆਂ ਜਿਹੜੀਆਂ ਟਰੱਕਰਾਂ ਨੂੰ। ਓਪਨ ਹੈ ਜੀ, ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਵੀ ਕੰਪਨੀ ਕਿਵੇਂ ਸ਼ੁਰੂ ਕਰਨੀ ਹੈ, ਕੰਪਨੀ ਕਿਵੇਂ ਸਟੈਬਲਿਸ਼ ਕਰਨੀ ਹੈ ਜੀ, ਰਾਈਟ, ਬ੍ਰੋਕਰਸ ਨਾਲ ਕਿਵੇਂ ਗੱਲ ਕਰਨੀ ਹੈ ਜੀ, ਡਰਾਈਵਰਸ ਦੀ ਕੁਆਲੀਫਿਕੇਸ਼ਨ ਤੁਹਾਨੂੰ ਕਿਵੇਂ ਕਲੀਅਰ ਕਰਨੀ ਹੈ। ਇਨਫੈਕਟ ਕੋਈ ਵੀ ਕੰਪਨੀ ਖੋਲ੍ਹਦਾ ਹੈ ਉਹਦੇ 'ਚੋਂ ਸਾਰਾ ਉਹ ਮਿਲਦਾ ਹੈਗਾ ਤੁਹਾਨੂੰ। ਜੇ ਤੁਸੀਂ ਕੋਈ ਕੰਪਨੀ ਏਜੰਸੀ ਵੀ ਹਾਇਰ ਕਰਦੇ ਹੋ ਵੀ ਚਾਰਜਿਸ ਲੈਂਦੇ ਹੈਗੇ, ਉਹ ਵੀ ਤੁਹਾਨੂੰ ਸਾਰੀ ਇਹ ਬੁੱਕਲੈਟ ਮਿਲਦੀ ਹੈ। ਆਪਣੇ ਤੋਂ ਤੁਹਾਨੂੰ ਕੁਛ ਵੀ ਚਾਹੀਦਾ ਆਪਾਂ ਵੀ ਤੁਹਾਨੂੰ ਦੇ ਸਕਦਾ ਹੈ। IDTA.US ਵੈਬਸਾਈਟ ਹੈ, ਤੁਸੀਂ ਉਹਦੇ ਜਾ ਕੇ ਉਹਦੇ ਤੁਸੀਂ ਕੁਐਰੀ ਪਾ ਸਕਦੇ ਹੋ, ਰਿਸਪੋਂਡ ਬੈਕ ਟੂ, ਜੇ ਕੋਈ ਇਸ਼ੂ ਨੇ ਕਾਲ ਵੀ ਕਰ ਸਕਦੇ ਹੋ, ਸਾਰੀ ਇਨਫੋਰਮੇਸ਼ਨ ਉਹਦੇ 'ਚ ਹੈਗੀ ਹੈ। ਲੇਕਿਨ ਮੋਸਟਲੀ ਜਿਹੜੀ IDTA ਬਣਾਈ ਗਈ ਹੈ ਉਹ ਹੈਗੀ ਹੈਗੀ ਤੁਹਾਡੀ ਹੈਲਪ ਕਰਨ ਵਾਸਤੇ, ਕੋਈ ਵੀ ਇਸ਼ੂ ਜਿਵੇਂ ਤੁਹਾਨੂੰ ਲੀਗਲ ਇਸ਼ੂ ਜੇ ਕਿਸੇ ਆ ਰਹੇ ਹੈ, ਰੈਗੂਲਰ ਤੁਸੀਂ ਜਿਹੜੀਆਂ ਪ੍ਰੋਬਲਮਸ ਫੇਸ ਕਰ ਰਹੇ ਹੋ, ਡੇ ਟੂ ਡੇ ਫੇਸ ਕਰ ਰਹੇ ਹੋਗੇ, ਉਹਦੇ ਵਾਸਤੇ ਹੈ। ਕੋਈ ਡਰਾਈਵਰਸ ਨਾਲ ਇਸ਼ੂ ਆ ਰਹੀ ਹੈ ਤਾਂ ਆਪਾਂ ਉਹਦੇ ਨਾਲ ਬੈਠ ਕੇ ਡਿਸਪਿਊਟ ਹੈ ਉਹ ਸੈਟਲ ਕਰ ਸਕਦੇ ਹਾਂ। ਲੇਬਰ ਦਾ ਹੈਗਾ ਹੈਗਾ, ਉਹਦੇ 'ਚ ਵੀ ਤੁਹਾਡੀ ਹੈਲਪ ਹੋ ਸਕਦੀ ਹੈ, ਵੀ ਲੇਬਰ ਲਾਅ ਜਿਹੜੇ ਹੁੰਦੇ ਉਹਦੇ ਵੀ ਤੁਹਾਡੀ ਹੈਲਪ। ਬਹੁਤ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾ ਸਕਦਾ, ਠੀਕ ਹੈ ਜੀ, ਬਟ ਜਿੰਨੀ ਵੀ ਤੁਹਾਨੂੰ ਪ੍ਰਿਮਰੀ ਐਜੂਕੇਸ਼ਨ ਚਾਹੀਦੀ ਹੈ ਇੱਕ ਕੰਪਨੀ ਨੂੰ ਸਹੀ ਤਰੀਕੇ ਨਾਲ ਰਨ ਕਰਨ ਵਾਸਤੇ, ਉਹਦੇ ਤੁਹਾਡੀ ਹੈਲਪ ਹੋ ਸਕਦੀ ਹੈ। ਤੁਸੀਂ ਕੋਈ ਪਰਚੇਜ ਕਰਨੀ ਹੈ, ਕੋਈ ਡੀਲਰਸ਼ਿਪਸ ਦੇ ਨਾਲ ਨੈਗੋਸ਼ੀਏਸ਼ਨ ਕਰਨੀ ਹੈਗੀ, ਉਹਦੀ ਤੁਹਾਡੀ ਹੈਲਪ ਹੋ ਸਕਦੀ ਹੈ। ਕੋਈ ਰਿਪੇਅਰਸ ਦੇ ਨਾਲ ਤੁਹਾਡਾ ਕੋਈ ਡਿਸਪਿਊਟ ਹੈ, ਐਂਡ ਆਮ ਟਾਕਿੰਗ ਅਬਾਊਟ ਇੰਡੀਆਨਾ, ਫਿਲਹਾਲ ਜਿਹੜਾ ਸਾਡਾ ਕੰਟਰੋਲ ਹੈਗਾ ਉਹ ਇੰਡੀਆਨਾ ਦੇ ਵਿੱਚ ਹੈਗਾ। ਮੈਂਬਰ ਜਿਹੜੇ ਸਾਡੇ ਬਣੇ ਆ ਉਹ ਕੈਲੀਫੋਰਨੀਆ ਤੋਂ ਵੀ ਬਣੇ ਆ, ਨਿਊਯਾਰਕ ਤੋਂ ਵੀ ਬਣੇ ਆ, ਟੈਕਸਸ ਤੋਂ ਬਣੇ ਆ। ਅਸੀਂ ਨਹੀਂ ਕਹਿੰਦੇ ਕਿ ਬਾਹਰ ਵਾਲੇ ਮੈਂਬਰ ਨਹੀਂ ਬਣ ਸਕਦੇ, ਲੇਕਿਨ ਬਾਹਰ ਵਾਲਿਆਂ ਨੂੰ ਸਿਰਫ ਅਸੀਂ ਐਜੂਕੇਟ ਕਰ ਸਕਦੇ ਹਾਂ, ਇੰਡੀਆਨਾ ਦੇ ਵਿੱਚ ਅਸੀਂ ਹੈਲਪ ਜ਼ਿਆਦਾ ਕਰ ਸਕਦੇ ਕਿਉਂਕਿ ਲੋਕਲ ਮਾਰਕੀਟ 'ਚ ਹੈਗੇ, ਲੋਕ ਸਾਨੂੰ ਜਾਣਦੇ ਵੀ ਹੈ ਤਾਂ ਉਹ ਰਿਗਾਰਡ ਵੀ ਕਰਦੇ ਇਸ ਚੀਜ਼ ਨੂੰ, ਰਾਈਟ। ਅਤੇ ਕੋਈ ਵੀ ਤੁਹਾਨੂੰ ਟਰੱਕਿੰਗ ਦੇ ਬਾਰੇ ਕੋਈ ਨੌਲੇਜ ਚਾਹੀਦੀ ਹੈ, ਕੋਈ ਹੈਲਪ ਚਾਹੀਦੀ ਹੈ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਕੋਈ ਤੁਹਾਨੂੰ ਫਾਈਨੈਂਸ਼ੀਅਲ
ਚਾਹੀਦੀ ਹੈ ਐਜੂਕੇਸ਼ਨ ਵੀ ਕਿਵੇਂ ਇਕਿਪਮੈਂਟ ਫਾਈਨੈਂਸ ਕਰਨੇ ਚਾਹੀਦੇ ਉਹ ਕਰ ਸਕਦੇ, ਕੰਪਨੀ ਨੂੰ ਕਿਵੇਂ ਵਧਾਉਣਾ ਹੈਗਾ ਉਹਦੇ 'ਚ ਵੀ ਤੁਹਾਡੀ ਹੈਲਪ ਕਰ ਸਕਦੇ, ਕਿਉਂਕਿ ਮੈਂ ਆਪ ਜ਼ੀਰੋ ਤੋਂ ਸ਼ੁਰੂ ਕਰਕੇ ਇੱਥੇ ਦਿੱਕਤ ਪਹੁੰਚਿਆ ਹੈਗਾ, ਸੋ ਆਈ ਹੈਵ ਪਰਸਨਲ ਐਕਸਪੀਰੀਅੰਸ ਟੂ। ਉਹ ਤੋਂ ਬਾਅਦ ਸਾਡੇ ਬੋਰਡ ਮੈਂਬਰ ਵੀ ਹੈ, ਐਕਸਪਰਟ ਹੈਗੇ, ਅਟਰਨੀ ਵੀ ਸਾਡੇ ਨਾਲ ਹੈਗੇ ਜੋ ਕਿ ਸਾਨੂੰ ਲੀਗਲ ਐਡਵਾਈਸ ਕਰ ਸਕਦੇ ਆ। ਲੀਗਲੀ ਅਸੀਂ ਤੁਸੀਂ ਆਪਣਾ ਕੋਈ ਟਾਈ ਨਹੀਂ ਹੈਗਾ ਵੀ ਤੁਹਾਨੂੰ ਲੀਗਲ ਐਡਵਾਈਸ ਨਹੀਂ ਕਰ ਸਕਦੇ ਗੇ, ਠੀਕ ਹੈ, ਪਰ ਅਸੀਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਤੁਹਾਡੇ ਨਾਲ ਜ਼ਰੂਰ ਕਰ ਸਕਦੇ ਇਹਦੇ ਬਾਰੇ। ਜੀ, ਧੰਨਵਾਦ ਤੁਹਾਡਾ। ਦੂਜਾ ਇੱਕ ਮੇਰੇ ਮਨ ਦੇ ਵਿੱਚ ਹੁਣ ਸਵਾਲ ਆਇਆ ਕਿ ਮੈਂ ਵੀ ਟਰੈਕਿੰਗ ਕੀਤੀ ਆ ਓਬਵੀਅਸਲੀ, ਜਿਹੜਾ ਡੀਓਟੀ ਤੇ ਐਫਐਮਸੀਏ ਇਹਨਾਂ ਦੀ, ਮੈਂ ਬਹੁਤ ਬੰਦਿਆਂ ਨੂੰ ਪੁੱਛਿਆ, ਉਹਨਾਂ ਨੂੰ ਫੁੱਲ ਫਾਰਮ ਨਹੀਂ ਪਤਾ। ਇੱਕ ਤਾਂ ਡੀਓਟੀ ਦੀ ਫੁੱਲ ਫਾਰਮ ਜ਼ਰੂਰ ਦੱਸੋ ਔਰ ਐਫਐਮਸੀਏ ਦੀ ਫੁੱਲ ਫਾਰਮ ਦੱਸੋ। ਇਹ ਲੋਕ ਜ਼ਿਆਦਾਤਰ ਇਹਨਾਂ ਤੋਂ ਡਰਦੇ ਆ ਜੀ। ਕਿ ਡੀਓਟੀ ਤੋਂ। ਦੇਖੋ ਡੀਓਟੀ ਹੈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਜੀ ਠੀਕ ਹੈ ਜੀ, ਐਫਐਮਸੀਐਸ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ। ਐਫਐਮਸੀਐਸ ਹੈ ਡੀਓਟੀ ਦੇ ਅੰਡਰ ਕੰਮ ਕਰਦੀ ਹੈ, ਇੱਕ ਏਜੰਸੀ ਹੈ, ਠੀਕ ਹੈ ਜੀ। ਐਫਐਮਸੀਐਸ ਦੇ ਅੰਡਰ ਹੁੰਦੀ ਹੈ ਕਮੇਟੀ ਜੋ ਕਿ ਹੁੰਦੀ ਹੈਗੀ ਮੋਟਰ ਕੈਰੀਅਰ ਸੇਫਟੀ ਐਡਵਾਈਜ਼ਰੀ ਕਮੇਟੀ, ਜਿਹਦਾ ਮੈਂ ਮੈਂਬਰ ਹੁਣੇ ਹੀ ਰੀਸੈਂਟਲੀ ਜਨਵਰੀ 'ਚ ਮੈਨੂੰ ਉਹਨਾਂ ਨੇ ਅਪੁਆਇੰਟ ਕੀਤਾ ਹੈਗਾ। ਜੀ, ਸਾਡਾ ਜਿਹੜੀ ਜੋਬ ਹੈਗੀ, ਸਾਡੀ ਜੋਬ ਹੈਗੀ ਹੈ ਕਿ ਪਬਲਿਕ ਸੇਫਟੀ ਵਾਸਤੇ ਵੀ ਜਿੰਨਾ ਵੀ ਆਪਣੇ ਉਹਨਾਂ ਨੂੰ ਸੈਕਟਰੀ ਆਫ ਸਟੇਟ ਨੂੰ ਥਰੂ ਦਾ ਐਡਮਿਨਿਸਟ੍ਰੇਟਰ ਆਫ ਐਫਐਮਸੀਐਸ ਏ, ਅਸੀਂ ਇਹਨੂੰ ਇਨਫੋਰਮੇਸ਼ਨ ਇਕੱਠੀ ਕਰਕੇ ਦੇਣੀ ਹੈ ਜੋ ਵੀ ਟਰੱਕਰਸ ਦੀ ਪ੍ਰੋਬਲਮ ਹੈਗੀ ਹੈ, ਜੋ ਲਾਸ ਹੈਗੇ ਹੈ, ਕੁਝ ਵੀ ਚੀਜ਼ ਨੂੰ ਅਮੈਂਡ ਕਿਵੇਂ ਕਰਨਾ ਹੈ, ਰੈਗੂਲੇਟ ਕਿਵੇਂ ਕਰਨਾ ਹੈਗਾ, ਅਚੀਵਮੈਂਟਸ ਕੀ ਹੈਗੀਆਂ ਸੋ ਫਾਰ ਜੋ ਕੀਤਾ ਹੈਗਾ, ਅਤੇ ਉਹ ਅਸੀਂ ਇਨਫੋਰਮੇਸ਼ਨ ਉਹਨਾਂ ਨੂੰ ਦੇਣੀ ਹੈ ਤਾਂ ਕਿ ਉਸ ਦੇ ਬੇਸ 'ਤੇ ਉਹ ਅੱਗੇ ਲਾਸ ਬਣਾ ਸਕਣ, ਚੇਂਜ ਕਰ ਸਕਣ, ਕੁਝ ਵੀ ਕਰ ਸਕਦੇ, ਇਹ ਹੈ ਜੀ। ਇਹ ਜਿਹੜਾ ਤੁਸੀਂ ਦੱਸਿਆ ਕਿ ਤੁਸੀਂ ਐਫਐਮਸੀਏ ਦੇ ਮੈਂਬਰ ਬਣੇ ਆ, ਜੀ ਉਹਨਾਂ ਨੇ ਤੁਹਾਨੂੰ ਆਪਣੇ ਬੋਰਡ ਮੈਂਬਰ ਬਣਾਇਆ, ਬੇਸਿਕਲੀ ਬੜੀ ਵੱਡੀ ਅਚੀਵਮੈਂਟ ਹੈ ਇਹ, ਜਿਹੜਾ ਮੈਂ ਤੁਹਾਨੂੰ ਮੁਬਾਰਕਬਾਦ ਦਊਂਗਾ, ਕਿਉਂਕਿ ਇੱਥੇ ਤੱਕ ਪਹੁੰਚਣਾ ਆਪਣੇ, ਪਹਿਲੇ ਤਾਂ ਪੰਜਾਬੀ ਅੱਜ ਤੱਕ ਕੋਈ ਪਹੁੰਚਿਆ ਨਹੀਂ, ਟਰੱਕਿੰਗ ਕੰਪਨੀ ਜ਼ਰੂਰ ਵੱਡੀਆਂ ਕਰ ਲਿਆ, ਲੇਕਿਨ ਐਫਐਮਸੀਏ ਦੇ ਬੋਰਡ ਦੇ ਮੈਂਬਰ ਬਣਨਾ, ਮੈਂ ਸਾਰੇ ਆਪਣੇ ਸਰੋਤਿਆਂ ਦੱਸੂਗਾ ਕਿ ਇਹ ਬਹੁਤ ਵੱਡੀ ਅਚੀਵਮੈਂਟ ਆ, ਕਿਉਂਕਿ ਮੈਂ ਬਹੁਤ ਡਿਗਿੰਗ ਕੀਤੀ ਹੋਈ ਆ ਐਫਐਮਸੀਏ ਬਾਰੇ, ਡੀਓਟੀ ਬਾਰੇ, ਇਹ ਕਿੱਦਾਂ ਚੱਲਦੀ ਆ। ਜਦੋਂ ਕਿਤੇ ਗੱਲ ਆਉਂਦੀ ਆ ਕਿ ਐਫਐਮਸੀਏ ਦੇ ਬੋਰਡ ਮੈਂਬਰਾਂ ਦੀ, ਸਾਡੇ ਬੰਦਿਆਂ ਨੂੰ, ਪੰਜਾਬੀਆਂ ਨੂੰ ਵੀ, ਬਹੁਤ ਬਾਹਲੀਆਂ ਕਮਿਊਨਿਟੀ ਨੂੰ ਪਤਾ ਨਹੀਂ ਹੈ ਕਿ ਬੋਰਡ ਮੈਂਬਰ ਸਿਲੈਕਟ ਕੀਤੇ ਜਾਂਦੇ ਆ, ਉਹਨਾਂ ਦੇ ਤੱਕ ਕਿੱਦਾਂ ਪਹੁੰਚਣਾ। ਮਾਨ ਸਾਹਿਬ, ਜਿਹੜਾ ਤੁਸੀਂ ਉੱਥੇ ਤੱਕ ਪਹੁੰਚ ਗਏ, ਮੈਂ ਚਾਹੂੰਗਾ ਕਿ ਜ਼ਰੂਰ ਜਿੰਨੀਆਂ ਆਪਣੀਆਂ ਇੰਡੀਆਨਾ ਬੇਸ ਜਾਂ ਕੈਲੀਫੋਰਨੀਆ ਬੇਸ ਐਫਐਮਸੀਏ, ਸਾਰੇ ਫੈਡਰਲ ਦਾ ਆ, ਸਾਰੀਆਂ ਸਟੇਟਾਂ ਦੇ ਵਿੱਚ ਲਾਗੂ ਆ, ਉਹ ਜ਼ਰੂਰ ਤੁਸੀਂ ਮਹਾਨ ਸਾਹਿਬ ਨਾਲ ਕੰਟੈਕਟ ਕਰੋ, ਇਹਨਾਂ ਦੇ ਮੈਂਬਰ ਨੇ, ਡੀਓਟੀ ਦਾ ਕੋਈ ਕੁਐਸਚਨ ਆ। ਇਹ ਫਿਰ ਕਹਿੰਦਾ ਬਹੁਤ ਵੱਡੀ ਅਚੀਵਮੈਂਟ ਆ ਇਹ ਕਿ ਤੁਸੀਂ ਉਹਨਾਂ ਦੇ ਬੋਰਡ ਮੈਂਬਰ ਬਣ ਚੁੱਕੇ ਹੋ। ਬੋਰਡ ਮੈਂਬਰ ਬਣਨ ਦਾ ਮਤਲਬ ਆ ਕਿ ਹੁਣ ਮਹਾਨ ਸਾਹਿਬ ਉਹਨਾਂ ਦੇ ਵਿੱਚ ਸਲਾਹ ਦੇਣਗੇ ਕਿ ਆਹ ਜਿਹੜੀ ਲੋਗ ਬੁੱਕ ਆ ਚੇਂਜ ਕਰੋ, ਜਾਂ ਜਿਹੜੇ ਜਿੱਥੋਂ ਲੋਡ ਹੁੰਦੇ ਨੇ ਉਹਨਾਂ ਨੂੰ ਚੇਂਜ ਕਰੋ, ਜਾਂ ਜਿਹੜੇ ਰਿਸੀਵਰ ਨੇ ਉਹਨਾਂ ਨੂੰ ਚੇਂਜ ਕਰੋ, ਜਾਂ ਜਿਹੜੇ ਬ੍ਰੋਕਰ ਗਲਤ ਕਰਦੇ ਨੇ ਉਹਨਾਂ ਨੂੰ ਚੇਂਜ ਕਰੋ। ਇਹਨਾਂ ਦਾ ਐਫਐਮਸੀਏ ਦੇ ਵਿੱਚ ਸੁਣਵਾਈ ਹੋਊਗੀ। ਐਫਐਮਸੀਏ ਜਿੱਦਾਂ ਆਪਾਂ ਲਾ ਲਗੇ ਪੰਜਾਬ ਦੀ ਅਸੈਂਬਲੀ ਕਹਿੰਦੇ ਹਾਂ, ਜਾਂ ਇੰਡੀਆ ਗਵਰਨਮੈਂਟ ਦੀ ਅਸੈਂਬਲੀ ਕਹਿੰਦੇ, ਇੱਥੇ ਵਾਈਟ ਹਾਊਸ ਜਾ ਕੇ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ। ਇਹ ਬੜਾ ਵੱਡੀ ਅਚੀਵਮੈਂਟ ਹੈ ਕਿ ਸਿਰ ਸਾਹਿਬ ਮਹਾਨ ਸਾਹਿਬ ਉੱਥੇ ਜਾ ਕੇ ਆਪਣੀ ਜਿਹੜੀ ਆ ਗੱਲ ਰੱਖ ਸਕਦੇ ਕਿ ਆਹ ਪ੍ਰੋਬਲਮ ਆ ਰਹੀ ਆ, ਤੁਸੀਂ ਇਹਨੂੰ ਠੀਕ ਕਰੋ। ਅਤੇ ਜ਼ਰੂਰ ਮੈਂ ਕਹੂੰਗਾ ਮਹਾਨ ਸਾਹਿਬ, ਦੱਸੋ ਜਿਹੜਾ ਬੋਰਡ ਮੈਂਬਰ ਹੁੰਦੇ ਨੇ ਐਫਐਮਸੀਏ ਦੇ, ਉਹ ਕਦੋਂ ਮਿਲਦੇ ਨੇ ਅਤੇ ਕਿੰਨੀ ਵਾਰੀ ਮਿਲਦੇ ਨੇ, ਅਤੇ ਉਹਦਾ ਬੈਨੀਫਿਟ ਤਾਂ ਮੈਨੂੰ ਪਤਾ ਹੋਣਾ ਹੀ ਆ, ਉਹਨਾਂ ਦਾ ਬਾਰੇ ਜਾਣਨਾ ਪਊ। ਇਹਦੇ ਜਿਹੜੇ ਸਾਡੀਆਂ ਮੀਟਿੰਗ ਹੈਗੀਆਂ ਹੈਗੀਆਂ ਉਹ ਚਾਰ ਮੀਟਿੰਗ ਤਾਂ ਸਾਲ ਸਾਡੀਆਂ ਹੋਣੀਆਂ ਹੁੰਦੀਆਂ, ਠੀਕ ਹੈ, ਜਿਹਦੇ 'ਚ ਅਸੀਂ ਉੱਥੇ ਜਾਵਾਂਗੇ, ਸਾਰੇ ਮਿਲਦੇ ਆ, ਬੈਠਦੇ ਆ, ਆਪਦੇ ਆਪਦੀ ਸਮੱਸਿਆਵਾਂ ਨੂੰ ਉਹ ਰੱਖਦੇ ਆ। ਉਹਦੇ ਤੋਂ ਇਲਾਵਾ ਅਸੀਂ ਵਰਚੁਅਲ ਮੀਟਿੰਗਸ ਵੀ ਕਰ ਸਕਦੇ ਹੈਗੇ, ਰਾਈਟ, ਜਿੰਨੇ ਬੋਰਡ ਮੈਂਬਰ ਹੈ, ਸੈਕਟਰੀ ਆਫ ਸਟੇਟ ਹੈਗੇ ਹੈਗੇ, ਅਸੀਂ ਡਾਇਰੈਕਟਰ ਹੈਗੇ ਸਾਡੇ, ਅਸੀਂ ਮੀਟਿੰਗਸ ਕਰ ਸਕਦੇ। ਮੰਨ ਲਓ ਮੈਨੂੰ ਕੋਈ ਕੋਈ ਅਜਿਹਾ ਇੰਸੀਡੈਂਟ ਹੈ ਜਾਂ ਕੁਛ ਅਜਿਹਾ ਟੋਪਿਕ ਹੈ ਜਿਹਦੀ ਵੀ ਹੁਣੇ ਹੀ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਹੈ, ਡਿਸਕਸ ਕਰਨਾ ਉਹਦੇ 'ਤੇ ਬਹੁਤ ਜ਼ਰੂਰੀ ਹੈਗਾ, ਰਾਈਟ, ਤਾਂ ਮੈਂ ਰਿਕੁਐਸਟ ਕਰ ਸਕਦਾ ਵੀ ਮੇਰੇ ਕੋਲ ਆਹ ਟੋਪਿਕ ਹੈਗਾ, ਸੋ ਲੈਟਸ ਸੈਟ ਅਪ ਅ ਟਾਈਮ ਫੋਰ ਦ ਮੀਟਿੰਗ। ਤਾਂ ਇਹ ਸਾਰੇ ਉੱਤੇ ਵਰਚੁਅਲ ਮੀਟਿੰਗ ਕਰ ਸਕਦੇ ਹੋ, ਕਿਉਂਕਿ ਕਰੋਨਾ ਦਾ ਵੀ ਇਹ ਚੱਲ ਰਿਹਾ ਹੈਗਾ ਅਤੇ ਹਰੇਕ ਬੰਦਾ ਡੀਸੀ ਨਹੀਂ ਪਹੁੰਚ ਸਕਦਾ, ਰਾਈਟ, ਵਿਦ ਅ ਸ਼ਾਰਟ ਪੀਰੀਅਡ ਆਫ ਟਾਈਮ, ਤਾਂ ਇਹ ਟਾਈਮ ਟੂ ਟਾਈਮ ਅਸੀਂ ਇੱਕ ਦੂਜੇ ਨਾਲ ਡਿਸਕਸ਼ਨ ਕਰ ਸਕਦੇ ਹਾਂ। ਜੀ, ਹਾਂਜੀ, ਅਤੇ ਮਹਾਨ ਸਾਹਿਬ, ਇਹ ਤਾਂ ਬੜੀ ਜਿਹੜੀ ਅਚੀਵਮੈਂਟ ਸੀ, ਤੁਸੀਂ ਉੱਥੇ ਪਹੁੰਚ ਗਏ। ਮੈਂ ਇੱਕ ਤੁਹਾਨੂੰ ਕੁਐਸਚਨ ਆਊਟ ਦਾ ਬੇ ਜਾ ਕੇ ਪੁੱਛਦਾ ਕਿ ਜਿਹੜਾ ਅਸੀਂ ਐਫਐਮਸੀਏ ਨੂੰ ਧੋਖਾ ਦੇਣਾ ਚਾਹੁੰਦੇ ਹਾਂ ਜਾਂ ਡੀਓਟੀ ਨੂੰ ਧੋਖਾ ਦੇਣਾ ਚਾਹੁੰਦੇ ਹਾਂ, ਕੀ ਇਹ ਵਾਜਬ ਆ, ਜਾਂ ਅਸੀਂ ਕਿੰਨਾ ਕੁ ਗਲਤ ਆਪਣੇ ਆਪ ਨਾਲ ਕਰ ਰਹੇ ਹਾਂ, ਲੋਕਾਂ ਨੂੰ ਕੀ ਗਲਤ ਇਨਫੋਰਮੇਸ਼ਨ ਦੇ ਰਹੇ ਕਿ ਧੋਖਾ ਹੋ ਸਕਦਾ? ਦੇਖੋ ਜੀ, ਜਿਹੜੀ ਧੋਖੇ ਵਾਲੀ ਗੱਲ ਹੈ, ਕਿਸੇ ਨੂੰ ਧੋਖਾ ਦੇਣ ਤੋਂ ਪਹਿਲਾਂ ਬੰਦਾ ਆਪਦੇ ਆਪ ਨੂੰ ਧੋਖਾ ਦਿੰਦਾ ਹੈਗਾ, ਠੀਕ ਹੈ ਜੀ, ਪਰਮਾਤਮਾ ਹਰੇਕ ਥਾਂ 'ਤੇ ਪਰਮਾਤਮਾ ਦੇਖਦਾ ਹੈ। ਜੋ ਤੁਸੀਂ ਆਪਦੇ ਨੂੰ ਧੋਖਾ ਦੇ ਤਾ, ਤੁਸੀਂ ਆਪਦੇ ਨੂੰ ਸੈੱਟ ਕਰਤਾ ਫੇਲੀਅਰ ਵਾਸਤੇ। ਜੀ, ਆਪਣੇ ਕਹਿੰਦੇ ਆ ਨਾ ਜੀ, ਜਿਵੇਂ ਦੁੱਧ ਹੈ ਅਤੇ ਉਹ ਦਹੀਂ ਬਣਾ ਲਿਆ, ਥੋੜ੍ਹੀ ਜਿਹੀ ਖਟਾਸ ਲਾ ਦਿਉ, ਉਹਦੀ ਕੋਈ ਇਹ ਨਹੀਂ ਹੈ ਕਿ ਤੁਸੀਂ ਚਮਚਾ ਭਰ ਕੇ ਪਾਉਣਾ, ਅੱਧਾ ਚਮਚਾ ਭਰ ਕੇ ਪਾਉਣਾ ਜਾਂ ਕੋਲੀ ਪਾਉਣੀ। ਜਦੋਂ ਇੱਕ ਵਾਰ ਲੱਗ ਗਿਆ ਦੁੱਧ ਨੇ ਬਾਟਣਾ, ਉਹਨੇ
ਉਹਨੇ ਆਪਦਾ ਜੋ ਵੀ ਰੂਪ ਦਿਖਾਉਣਾ ਉਹਨੇ ਦਿਖਾਉਣਾ ਹੈ, ਉਹ ਦਹੀਂ ਬਣੂਗਾ ਪਨੀਰ ਬਣੂਗਾ, ਉਹਦੇ ਬਾਅਦ ਹੈ ਸਾਨੂੰ ਪਹਿਲਾਂ ਤੁਸੀਂ ਆਪਦੇ ਆਪ ਨੂੰ ਧੋਖਾ ਦਿੱਤਾ, ਠੀਕ ਹੈ ਜੀ। ਡੀਓਟੀ ਨੂੰ ਤੁਸੀਂ ਇੱਕ ਗ੍ਰੇ ਏਰੀਏ 'ਚ ਰੱਖ ਸਕਦੇ ਹੋ, ਮੈਂ ਡੀਓਟੀ ਨੂੰ ਧੋਖਾ ਦੇ ਰਿਹਾ, ਤੁਸੀਂ ਧੋਖਾ ਨਹੀਂ ਦੇ ਸਕਦੇ। ਜਿੱਦਣ ਉਹ ਆਏ ਉਹਨਾਂ ਨੇ ਤੁਹਾਡੀ ਆਡਿਟ ਕੀਤੀ, ਉਹ ਸਾਰਾ ਕੁਝ ਆ ਜਾਣਾ, ਇੰਗਲਿਸ਼ 'ਚ ਕਹਿੰਦੇ ਜੀ ਆਪਣੇ ਨੰਬਰਸ ਡੋਂਟ ਲਾਏ, ਠੀਕ ਹੈ ਜੀ, ਅਤੇ ਦੋ ਤੋਂ ਦੋ ਚਾਰ ਹੀ ਹੋਣੇ, ਪੰਜ ਨਹੀਂ ਹੋਣੇ, ਠੀਕ ਹੈ। ਤਾਂ ਤੁਸੀਂ ਉਹ ਜਿਹੜੇ ਲੋਕ ਡੀਓਟੀ ਦੇ ਬੈਠੇ ਆ ਉਹਨਾਂ ਵਿੱਚ ਜਿਹੜੇ ਮੇਰੇ ਵਰਗੇ ਬੰਦੇ ਬੈਠੇ ਆ ਜਿਹੜੇ ਇੰਡਸਟਰੀ ਦੇ ਵਿੱਚ ਡਰਾਈਵਰੀ ਵੀ ਕੀਤੀ ਹੈਗੀ, ਮਕੈਨਿਕ ਵੀ ਰਹੇ ਹੈ, ਟਰੱਕਿੰਗ ਵੀ ਕੀਤੀ ਹੈਗੀ, ਹੈ ਨਾ, ਅਤੇ ਉਸ ਤੋਂ ਇਲਾਵਾ ਜਿਹੜੇ ਅੱਛੇ ਅੱਛੇ ਵਕੀਲ ਹੈਗੇ, ਜਿਹੜੇ ਰਿਟਾਇਰ ਅਟਰਨੀ ਜਨਰਲਸ ਹੈ ਜਿਨ੍ਹਾਂ ਨੇ ਲਾਜ਼ ਬਣਾਏ ਆ, ਲੇਬਰ ਇੰਡਸਟਰੀ ਵਾਲੇ ਹੈਗੇ, ਤੁਸੀਂ ਉਹਨਾਂ ਨੂੰ ਕਿਵੇਂ ਬੇਵਕੂਫ ਬਣਾ ਦਿਓ? ਨਹੀਂ ਬਣਾ ਸਕਦੇ ਇਹ ਲੋਕ ਬਹੁਤ ਐਕਸਪਰਟ ਹੁੰਦੇ ਆ, ਇਹ ਜੀ ਕੋਈ ਹੁਣ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਉਹਦੇ 'ਚ ਸਿਰਫ 25 ਮੈਂਬਰ ਹੈ ਥਰੂ ਆਊਟ ਦਾ US, ਇਹ ਪਹਿਲੀ ਵਾਰ ਹੋਇਆ ਹੈ 25 ਮੈਂਬਰ ਉਹਦੇ ਬਣੇ ਆ, ਅੱਜ ਤੱਕ ਕਦੇ 18 ਤੋਂ ਵੱਧ ਮੈਂਬਰ ਨਹੀਂ ਬਣੇ ਉਹਦੇ, ਜਿਨ੍ਹਾਂ ਨੇ ਪੂਰੇ ਅਮੈਰੀਕਾ ਤੋਂ ਉਹਨਾਂ ਨੇ ਚੱਕਣੇ, ਜਿਹਦੇ ਵੱਡੀ ਵੱਡੀ ਕੰਪਨੀਆਂ ਦੇ ਮਾਲਕ ਵੀ ਐ, ਬੋਮੈਨ ਹੋ ਗਿਆ, ਜੇ ਬੀ ਹੰਟ ਹੋ ਗਿਆ, ਇਹ ਲੋਕ ਉਹਦੇ ਮੈਂਬਰਸ ਹੈਗੇ, ਅਟਰਨੀਜ਼ ਵੱਡੇ ਵੱਡੇ ਅਟਰਨੀਜ਼ ਉਹਦੇ ਮੈਂਬਰ ਹੈਗੇ। ਸੋ ਕਿਵੇਂ ਤੁਸੀਂ ਇਹਨਾਂ ਨੂੰ ਬੇਵਕੂਫ ਬਣਾਉਂਦੇ? ਜੀ, ਨਾਲੇ ਹੁਣ ਦਾ ਜਿਹੜਾ ਜ਼ਮਾਨਾ ਮਹਾਨ ਸਾਹਿਬ ਤੁਸੀਂ ਵੀ ਜਾਣਦੇ ਹੋ ਕਿ ਕੰਪਿਊਟਰ ਦਾ ਯੁੱਗ ਆ, ਜੀ ਕੰਪਿਊਟਰ ਦੇ ਵਿੱਚ ਜਿਹੜੀ ਚੀਜ਼ ਇੱਕ ਵਾਰੀ ਐਂਟਰ ਕਰ ਦਿੱਤੀ ਉਹ ਕਿਤੇ ਨਾ ਕਿਤੇ ਪਈ ਰਹਿਣੀ, ਡਿਲੀਟ ਨਹੀਂ ਹੋਣੀ, ਬਿਲਕੁਲ ਰਹੂਗੀ, ਉਹ ਜ਼ਮਾਨਾ ਲੱਥ ਗਿਆ ਜਦੋਂ ਕਹਿ ਦਿਓ ਕਿ ਆਪਾਂ ਕਾਲਾ ਧਨ ਆ ਜਾਊਗਾ ਬਾਹਰੋਂ ਆਉਣਾ ਕੁਛ ਨਹੀਂ, ਅਤੇ ਵੱਡੇ ਵੱਡੇ ਜਿਹੜੇ ਝੁੰਮਲੇ ਛੱਡ ਦਿਓ ਕਿ ਉਹ ਆਉਣੇ ਨਹੀਂ, ਹੁਣ ਰਿਕਾਰਡਿੰਗ ਹੁੰਦੀ ਆ ਹਰ ਇੱਕ ਸ਼ੋਅ ਦੀ, ਟੀਵੀ ਵਾਲੇ ਰਿਕਾਰਡਿੰਗ ਰੱਖਦੇ ਆ ਔਰ ਜਿੰਨੇ ਐਂਕਰ ਆ ਜਾਂ ਨਿਊਜ਼ ਗਰੁੱਪ ਵਾਲੇ ਉਹ ਸਾਰੇ ਰੱਖਦੇ ਨੇ, ਜੀ ਉਹ ਹਾਲ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਕਿ ਜਿਹੜਾ FMCA ਆ ਉਹ ਹਰ ਇੱਕ ਚੀਜ਼ ਜ਼ਰੂਰ ਰਿਕਾਰਡਿੰਗ ਕਰਕੇ ਰੱਖਦਾ। ਜੇ FMCA ਦੇ ਬਾਰੇ ਤੁਸੀਂ ਕੁਛ ਜਾਣਨਾ ਮਹਾਨ ਸਾਹਿਬ ਨੂੰ ਪੁੱਛ ਸਕਦੇ ਹੋ, ਔਰ ਬਾਕੀ ਵੀ ਜਿੰਨੀਆਂ ਟਰੈਕਿੰਗ ਇਸ਼ੂ ਆ ਮੈਂ ਇਹ ਰੈਕਮੈਂਡ ਕਰਦਾ ਜਸ ਟੀਵੀ ਦੇ ਮਾਧਿਅਮ ਰਾਹੀਂ ਕਿ ਤੁਸੀਂ ਆਪਣੇ ਆਪ ਨੂੰ ਬਦਲੋ, ਆਪਣੇ ਆਪ ਨੂੰ ਕਲੀਨ ਕਰੋ, ਔਰ ਫਿਰ ਤੁਹਾਨੂੰ ਹਰ ਵਾਰੀ ਕੰਪਨੀ ਬਦਲ ਦੀ ਲੋੜ ਨਹੀਂ। ਇਹ ਕੰਪਨੀ ਵੀ ਇੱਕ ਕੋਟ ਪੈਂਟ ਦੀ ਤਰ੍ਹਾਂ ਹੈ, ਜੇ ਤੁਸੀਂ ਇਹਨੂੰ ਪ੍ਰੋਪਰ ਧੋਵੋਗੇ, ਪ੍ਰੋਪਰ ਡਰਾਈ ਕਲੀਨ ਕਰਾਓਗੇ ਜਾਂ ਪ੍ਰੋਪਰ ਇਹਦੀ ਕੇਅਰ ਕਰੋਗੇ, ਤੁਹਾਨੂੰ ਕੋਟ ਪੈਂਟ ਬਦਲਣ ਦੀ ਲੋੜ ਨਹੀਂ, ਕੰਪਨੀ ਵੀ ਇਸੇ ਤਰ੍ਹਾਂ ਹੀ ਹੈ। ਜੇ ਮੈਂ ਰੋਂਗ ਨਾ ਹੋਵਾਂ ਮਹਾਨ ਸਾਹਿਬ, ਤੁਸੀਂ ਇਸ ਗੱਲ ਬਾਰੇ ਚਾਨਣਾ ਜ਼ਰੂਰ ਪਾਇਓ ਕਿ ਜੇ ਤੁਸੀਂ ਪ੍ਰੋਪਰ ਲੀਗਲ ਤਰੀਕੇ ਨਾਲ ਚੱਲਦੇ ਆ ਕਿ ਜਿੰਨਾ ਉਹ ਕਹਿੰਦੇ ਆ ਟਰੱਕ ਚਲਾਓ, ਜਿੱਦਾਂ ਉਹ DOT ਵਾਲੇ ਰੈਕਮੈਂਡ ਕਰਦੇ ਆ ਜਾਂ ਉਹਨਾਂ ਦੇ ਲਾਅ ਨੂੰ ਫਾਲੋ ਕਰਦੇ ਆ, ਕੰਪਨੀ ਜਿਹੜੀ ਆ ਤੁਹਾਨੂੰ ਕਦੀ ਬਦਲਣ ਦੀ ਲੋੜ ਪਊਗੀ ਜਾਂ ਨਹੀਂ ਪਊਗੀ? ਨਹੀਂ, ਕੰਪਨੀ ਤੁਹਾਨੂੰ ਬਦਲਣ ਦੀ ਲੋੜ ਪੈਣੀ। ਦੂਜੀ ਜਿਹਦੀ ਸ਼ੋਰਟੀ ਹੈ ਕਿ ਤੁਸੀਂ ਰਾਤ ਨੂੰ ਆਰਾਮ ਨਾਲ ਸੌਂਗੇ, ਨਾ ਤੁਹਾਨੂੰ ਬ੍ਰੋਕਰ ਤੰਗ ਕਰੂਗਾ, ਨਾ ਤੁਹਾਨੂੰ ਡਰਾਈਵਰ ਤੰਗ ਕਰੂਗਾ, ਅਤੇ ਨਾ ਹੀ ਤੁਹਾਨੂੰ ਡੀਓਟੀ ਤੰਗ ਕਰੂਗਾ। ਇਹ ਚੀਜ਼ ਦੀ ਸ਼ੋਰਟੀ ਹੈ, ਇਹ ਨਹੀਂ ਹੈ ਕਿ ਰਾਤ ਨੂੰ 2 ਵਜੇ ਕਾਲ ਆਈ ਜਾਂਦਾ ਹੈਗਾ ਅਤੇ ਡਰਾਈਵਰ ਕਹੂਗਾ ਮੈਨੂੰ ਜੀ ਆਟੋ ਸਰਵਿਸ ਕਰਤਾ ਕਿਉਂਕਿ ਮੇਰਾ ਫਲੈਟ ਟਾਇਰ ਸੀ, ਟਾਇਰ ਬਾਲ ਸੀਗਾ, ਡਰਾਈਵਰ ਨੂੰ ਪਹਿਲਾਂ ਪਤਾ ਸੀਗਾ ਇਹ ਟਾਇਰ ਫਲੈਟ ਹੈਗਾ, ਮੈਨੂੰ ਫਿਕਸ ਕਰਾਉਣਾ ਚਾਹੀਦਾ, ਰਾਈਟ। ਸੋ ਆਪਾਂ ਹੀ ਹੈ ਜਿਹੜੇ ਕਿ ਆਪਣੀਆਂ ਪ੍ਰੋਬਲਮਸ ਆਪ ਵਧਾਉਂਦੇ ਹੈਗੇ, ਰਾਈਟ। ਗ੍ਰੈਜੂਅਲੀ ਤੁਸੀਂ ਪ੍ਰੋਗਰੈਸ ਕਰੋ, ਕੰਪਨੀ ਨੂੰ ਵਧਾਓ, ਬੁਰਾ ਨਹੀਂ ਹੈ ਕੰਪਨੀ ਨੂੰ ਵਧਾਉਣਾ, ਕਦੇ ਬੁਰਾ ਨਹੀਂ ਹੁੰਦਾ, ਬਿਜ਼ਨਸ ਕਰਨਾ ਕਦੇ ਬੁਰਾ ਨਹੀਂ ਹੈ, ਰਾਈਟ। ਲੇਕਿਨ ਗ੍ਰੀਡੀ ਨਾ ਹੋ, ਉਹਦੇ ਵਿੱਚ ਲਾਲਚੀ ਨਾ ਹੋ ਕਿ ਮੈਂ ਓਵਰਨਾਈਟ ਇਹ ਕਰ ਦੇਣਾ ਹੈ, ਕਦੇ ਡਰਾਈਵਰ ਨੂੰ ਡਰਾਈਵਰ ਦੀ ਕਦੇ ਪੇ ਨਾ ਮਾਰੋ। ਜਿੱਦਣ ਤੁਸੀਂ ਡਰਾਈਵਰ ਦੀ ਪੇ ਮਾਰਨੀ ਸ਼ੁਰੂ ਕਰਤੀ, ਉਦਣ ਤੁਸੀਂ ਆਪਦੇ ਆਪ ਨੂੰ ਸੈੱਟ ਕਰਤਾ ਫੇਲੀਅਰ ਵਾਸਤੇ, ਪਹਿਲੀ ਗੱਲ ਹੈ। ਉਹ ਤੁਹਾਨੂੰ ਤੁਹਾਡਾ ਡਰਾਈਵਰ ਤੁਹਾਡੀ ਕੰਪਨੀ ਨੂੰ ਤੁਹਾਨੂੰ ਰਿਪ੍ਰੈਜੈਂਟ ਕਰਦਾ ਬਾਹਰ ਜਾ ਕੇ, ਸ਼ਿਪਰ ਦੇ, ਰਿਸੀਵਰ ਤੇ, ਦੂਜੇ ਡਰਾਈਵਰਸ ਦੇ ਅੱਗੇ, ਠੀਕ ਹੈ ਜੀ। ਆਪਦਾ ਕਲਾਇੰਟ ਹੈ ਜਾਂ ਤੁਹਾਡਾ ਬ੍ਰੋਕਰ ਹੈ, ਸ਼ਿਪਰ ਹੈ, ਉਹਦੀ ਟੇਕ ਉਹਦੇ ਨਾਲ ਓਨੈਸਟ ਹੋ। ਜੇ ਲੋਡ ਨਹੀਂ ਉਤਰਦਾ ਕਿਸੇ ਵੀ ਰੀਜ਼ਨ ਦੀ ਵਜ੍ਹਾ ਨਾਲ, ਉਹਨੂੰ ਦੱਸੋ ਵੀ ਲੋਡ ਨਹੀਂ ਉਤਰਨਾ ਜੀ। ਇਹ ਨਾ ਕਹੋ ਵੀ ਅੱਧੇ ਘੰਟੇ ਟਰੱਕ ਪਹੁੰਚਦਾ ਹੈ, ਫਿਰ ਫੋਨ ਚੱਕਣੇ ਬੰਦ ਕਰੋ, ਵਿਚ ਆਈ ਹੈਵ ਸੀਨ ਐਵਰੀ ਡੇ, ਆਈ ਸੀ ਇਹ ਚੀਜ਼ਾਂ ਹੈਗੀਆਂ, ਠੀਕ ਹੈ ਜੀ। ਤੇ ਆਪਦੇ ਕੰਪਲਾਇੰਸ, ਆਪਦੇ ਟਰੱਕ ਜਿਹੜਾ ਹੈ, ਇਕਵਿਪਮੈਂਟ ਹੈ, ਟ੍ਰੇਲਰ ਨੂੰ ਕੰਪਲਾਇੰਸ 'ਚ ਰੱਖੋ, ਉਹਨਾਂ ਦੀ ਇੰਸਪੈਕਸ਼ਨ ਕਰਾਓ ਟਾਈਮ ਟੂ ਟਾਈਮ, ਪੀਰੀਡਿਕ ਇੰਸਪੈਕਸ਼ਨ ਕਰਾਓ, ਤੇ ਡੀਓਟੀ ਨਾਲ ਅੱਛੇ ਰਿਲੇਸ਼ਨ ਰੱਖੋ, ਜੀ ਆ ਮੇਰੀ ਰეკਮੈਂਡੇਸ਼ਨ ਹੈ ਜੀ ਮਾਨ ਸਾਹਿਬ, ਤੁਹਾਡੇ ਜਿਹੜੇ ਤੁਹਾਡੀ ਆਪਦੀ ਵੀ ਟਰਾਂਸਪੋਰਟ ਹੈ ਮਹਾਨ ਟਰਾਂਸਪੋਰਟੇਸ਼ਨ ਜੀ, ਉਹਦਾ ਇੱਕ ਜ਼ਰੂਰ ਐਡਰੈਸ ਵਗੈਰਾ ਜਾਂ ਫੋਨ ਨੰਬਰ ਦੇ ਦਿਓ ਸਾਡੇ ਸਰੋਤਿਆਂ ਨੂੰ ਕਿ ਉਹ ਕਿ ਲੋੜ ਪਵੇ ਇਹਨਾਂ ਤੁਹਾਡੇ ਕੋਲ, ਮੈਨੂੰ ਲੱਗਦਾ ਜਾਲ ਵੀ ਕਾਫੀ ਖੁੱਲ੍ਹਾ ਆ, ਰਿਪੇਅਰ ਸ਼ਾਪ ਵੀ ਹੈਗੀ ਆ, ਤੁਸੀਂ ਬਹੁਤ ਕੁਝ ਉੱਥੇ ਕਰਦੇ ਆ, ਜੀ ਜ਼ਰੂਰ ਉਹਦਾ ਐਡਰੈਸ ਦੇ ਦਿਓ ਕਿ ਕਿੱਥੇ ਆ, ਤਾਂ ਕਿਸੇ ਚੀਜ਼ ਦੀ ਲੋੜ ਪਵੇ, ਤਾਂ ਕਿ ਇਹ ਨਾ ਲੱਗੇ ਕਿ ਇਹ ਫੇਕ ਕਿਸਾਨ ਨੇ, ਇੱਕ ਸੈਡ ਸਾਹਿਬ ਉਦਾਂ ਹੀ ਕਹੀ ਜਾਂਦੇ ਆ ਕਿ ਟਰੈਕਿੰਗ ਦੇ ਵਿੱਚ ਨੌਲੇਜ ਆ, ਇਹ ਰੀਅਲ ਲੱਗੇ। ਸ਼ੋਰ ਸ਼ੋਰ ਸ਼ੋਰ, ਸਾਡਾ ਐਡਰੈਸ ਸੇਮ ਹੈ, IDTA ਵਾਲਾ ਸੇਮ ਐਡਰੈਸ ਹੈਗਾ, ਸੇਮ ਬਿਲਡਿੰਗ ਹੈਗੀ, 270 ਗੇਬਲ, GABLE ਡਰਾਈਵ, A1 ਇੰਡੀਆਨਾ, 46123। ਜੀ ਮਹਾਨ ਸਾਹਿਬ, ਮੈਂ ਤੁਹਾਨੂੰ ਫਿਰ ਆਪਾਂ ਵਾਪਸ ਆ ਜਾਂਦੇ ਹਾਂ ਕਿ ਜੇ DOT ਜਾਂ FMCA ਜਾਂ IDTA ਕੋਈ ਕੁਐਸਚਨ ਆ, ਜੇ ਮਹਾਨ ਸਾਹਿਬ ਫੋਨ ਤੁਹਾਡਾ ਕਹਿੰਦੇ ਕਿ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਅੱਜ ਤੱਕ ਸਾਡਾ ਫੋਨ ਨਹੀਂ ਚੁੱਕਦੇ, ਜੇ ਉਹ ਨਹੀਂ ਚੁੱਕਦੇ ਮੈਨੂੰ ਕਾਲ ਕਰ ਲਿਆ ਕਰੋ, ਮੈਂ ਫ੍ਰੀ ਹੁੰਦਾ, ਕਿਉਂਕਿ ਹਰ ਵੇਲੇ ਕਹਿੰਦੇ ਨੇ TV ਵਾਲੇ ਤਾਂ ਵਿਹਲੇ ਹੁੰਦੇ ਆ, ਆਪਾਂ ਵਿਹਲੇ ਹੀ ਹਾਂ, ਜਦੋਂ ਮਰਜ਼ੀ ਕਾਲ ਕਰੋ, ਕਿੱਦਾਂ ਦੀ ਇਨਫੋਰਮੇਸ਼ਨ, ਸਿਰਫ ਸਾਰੇ ਪੰਜਾਬੀਆਂ ਨੂੰ, ਬਾਕੀ ਕਮਿਊਨਿਟੀ ਨੂੰ ਵੀ
ਇੱਕ ਇਹੀ ਰਿਕਮੈਂਡ ਕਰੂੰਗਾ ਕਿ ਇਹ ਜਲਦੀ ਵਾਲਾ ਪੈਸਾ ਬਣਾਉਣ ਵਾਲਾ ਤਰੀਕਾ ਜਿਹੜਾ ਨਾ ਉਹ ਨਾ ਅਪਣਾਓ, ਉਹ ਤੁਹਾਨੂੰ ਲੈ ਕੇ ਬਹਿ ਜੂਗਾ। ਜੀ ਕਿਉਂਕਿ ਉਹਦੇ ਵਿੱਚ ਤੁਸੀਂ ਸਿਹਤ ਵੀ ਤੁਹਾਡੀ ਜਾਊਗੀ, ਪੈਸਾ ਵੀ ਨਹੀਂ ਆਊਗਾ, ਫੈਮਿਲੀ ਵੀ ਜਾਊਗੀ, ਔਰ ਇੱਕ ਦਿਨ ਜਲਦੀ ਪੈਸਾ ਬਣਾਉਂਦੇ ਬਣਾਉਂਦੇ ਤੁਸੀਂ ਜ਼ਿੰਦਗੀ ਤੋਂ ਹੀ ਚਲੇ ਜਾਣਾ। ਜੀ ਇਹ ਬੜੀਆਂ ਇੰਸਟੈਂਟ ਮੈਂ ਦੇਖੀਆਂ ਟਰੱਕ, ਸਪੈਸ਼ਲੀ ਟਰੱਕਾਂ 'ਚ ਐਕਸੀਡੈਂਟ 'ਚ ਲੋਕ ਡੈਥ ਹੋ ਜਾਂਦੀ ਆ, ਜਾਂ ਕੰਮ ਕਰਦੇ ਕਰਦਿਆਂ 'ਤੇ ਲੱਕ ਹੀ ਰਹਿ ਜਾਂਦਾ। ਬਹੁਤ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਆਪ ਖਿਆਲ ਰੱਖੋ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਨਵੀਆਂ ਗੱਲਾਂ ਲੈ ਕੇ ਜ਼ਰੂਰ ਆਵਾਂਗੇ। ਮਹਾਨ ਸਾਹਿਬ, ਤੁਸੀਂ ਅੱਜ ਸ਼ੋਅ 'ਤੇ ਆਏ, ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਇਸੇ ਥੈਂਕ ਯੂ ਤਰ੍ਹਾਂ ਹੀ ਇੱਥੇ ਅੱਜ ਜਿਹੜਾ ਸ਼ੋਅ ਦੀ ਸਮਾਪਤੀ ਕਰਾਂਗੇ, ਫਿਰ ਮੰਡੇ ਟਿਊਜ਼ਡੇ ਕੋਈ ਨਵੀਂ ਗੱਲ ਛੇੜਾਂਗੇ, ਆ ਕੇ ਲੈ ਕੇ ਆਵਾਂਗੇ ਜੀ। ਦਿਓ ਇਸੇ ਨਾਲ ਜਾ ਕੇ, ਧੰਨਵਾਦ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਬੁਲਾਉਣ ਵਾਸਤੇ। ਥੈਂਕ ਯੂ ਐਵਰੀਬਡੀ, ਬੈਸਟ ਆਫ ਲੱਕ।